ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਸਟਰ ਕਲਾਸਿਸ ਪੋਲਿਟੀ ਲੈਕਚਰ ਸੀਰੀਜ਼ ਦੇ ਵਿੱਚ ਅੱਜ ਆਪਣਾ ਅਗਲਾ ਲੈਕਚਰ ਹੈ ਜਿਹਦੇ ਵਿੱਚ ਆਪਾਂ ਨੇ ਡਿਸਕਸ ਕਰਨਾ ਜੀ ਮੇਕਿੰਗ ਆਫ ਕੰਸਟੀਟਿਊਸ਼ਨ ਹੁਣ ਤੱਕ ਆਪਾਂ ਨੇ ਕੀ ਡਿਸਕਸ ਕੀਤਾ ਹੈ ਜੀ ਪਿਛਲੇ ਦੋ ਤਿੰਨ ਲੈਕਚਰ ਦੇ ਵਿੱਚ ਆਪਾਂ ਨੇ ਇਹ ਡਿਸਕਸ ਕੀਤਾ ਹੈ ਜੀ ਅੰਗਰੇਜ਼ ਆਪਣੇ ਦੇਸ਼ ਦੇ ਵਿੱਚ ਆਏ ਕਿਹੋ ਜਿਹਾ ਕੰਸਟੀਟਿਊਸ਼ਨਲ ਇਤਿਹਾਸ ਲੈ ਕੇ ਆਏ ਵੱਖੋ ਵੱਖਰੇ ਉਹਨਾਂ ਦੁਆਰਾ ਜਿਹੜੇ ਐਕਟਸ ਲਿਆਂਦੇ ਗਏ ਸੀ ਉਹ ਆਪਾਂ ਨੇ ਬੜੀ ਹੀ ਡਿਟੇਲ ਦੇ ਵਿੱਚ ਕਵਰ ਕੀਤੇ ਨੇ ਸੋ ਆਪਣਾ ਦੇਸ਼ ਆਜ਼ਾਦ ਹੋਣਾ ਸੀਗਾ ਹੋ ਗਿਆ 15 ਅਗਸਤ 1947 ਨੂੰ ਆਪਣਾ ਦੇਸ਼ ਆਜ਼ਾਦ ਹੋ ਗਿਆ ਤੇ ਇੱਕ ਬੰਦੇ ਨੇ ਬਹੁਤ ਹੀ ਵਧੀਆ ਸਪੀਚ ਦਿੱਤੀ ਸੀ ਇਸ ਦਿਨ ਉਸ ਸਪੀਚ ਦਾ ਨਾਮ ਸੀਗਾ ਟ੍ਰਾਇਸਟ ਵਿਦ ਡੈਸਟਨੀ ਸੋ ਤੁਹਾਡੇ ਸਾਰਿਆਂ ਦੇ ਲਈ ਕੁਐਸਚਨ ਹੈ ਜੀ ਵੀ ਇਹ ਸਪੀਚ ਟ੍ਰਾਇਸਟ ਵਿਦ ਡੈਸਟਨੀ ਇਹ ਕਿਸ ਬੰਦੇ ਨੇ ਬੋਲੀ ਸੀਗੀ ਇਹ ਸਪੀਚ ਕੀ ਚਾਚਾ ਨਹਿਰੂ ਨੇ ਬੋਲੀ ਸੀ ਕੀ ਮਹਾਤਮਾ ਗਾਂਧੀ ਬਾਪੂ ਗਾਂਧੀ ਨੇ ਬੋਲੀ ਸੀ ਕੀ ਸਰਦਾਰ ਵੱਲਭ ਭਾਈ ਪਟੇਲ ਨੇ ਬੋਲੀ ਸੀ ਜਾਂ ਮੌਲਾਨਾ ਅਬੁਲ ਕਲਾਮ ਆਜ਼ਾਦ ਜੀ ਨੇ ਇਹ ਸਪੀਚ ਬੋਲੀ ਸੀ ਇਹਦਾ ਆਨਸਰ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਰ ਸਕਦੇ ਚਲੋ ਦੇਸ਼ ਆਜ਼ਾਦ ਹੋਣਾ ਸੀ ਆਪਣਾ ਦੇਸ਼ ਆਜ਼ਾਦ ਹੋ ਗਿਆ ਹੁਣ ਤੁਹਾਨੂੰ ਨਹੀਂ ਲੱਗਦਾ ਹੁਣ ਤੱਕ ਆਪਣਾ ਦੇਸ਼ ਕਿਹਨੇ ਸਾਂਭਿਆ ਸੀ ਅੰਗਰੇਜ਼ਾਂ ਨੇ ਸਾਂਭਿਆ ਸੀਗਾ ਉਹਨਾਂ ਦਾ ਸਾਰਾ ਕੰਸਟੀਟਿਊਸ਼ਨ ਇਤਿਹਾਸ ਅੰਗਰੇਜ਼ਾਂ ਦਾ ਸੀਗਾ ਹੁਣ ਸਾਰੀ ਪਾਵਰ ਆਪਣੇ ਇੰਡੀਅਨ ਦੇ ਹੱਥਾਂ ਦੇ ਵਿੱਚ ਆ ਗਈ ਹੁਣ ਤੁਹਾਨੂੰ ਨਹੀਂ ਲੱਗਦਾ ਵੀ ਆਪਣੇ ਖੁਦ ਦੇ ਸੰਵਿਧਾਨ ਦੀ ਸਖ਼ਤ ਤੋਂ ਸਖ਼ਤ ਜ਼ਰੂਰਤ ਹੈਗੀ ਸੋ ਕੀ ਕਰਿਆ ਜਾਵੇ ਸੰਵਿਧਾਨ ਲਿਆਉਣਾ ਜ਼ਰੂਰੀ ਸੀਗਾ ਸੋ ਆਪਣੇ ਅੱਜ ਦੇ ਲੈਕਚਰ ਦਾ ਨਾਮ ਇਹੀ ਹੈ ਜੀ ਮੇਕਿੰਗ ਆਫ ਕੰਸਟੀਟਿਊਸ਼ਨ ਦੇਸ਼ ਦੀ ਆਜ਼ਾਦੀ ਤੋਂ ਬਾਅਦ ਆਪਣਾ ਸੰਵਿਧਾਨ ਕਿਵੇਂ ਲਾਗੂ ਹੋਇਆ ਕਿਵੇਂ ਬਣਿਆ ਜੀ ਕਿਵੇਂ ਅਡੋਪਟ ਹੋਇਆ ਕਿਵੇਂ ਇੰਪਲੀਮੈਂਟ ਹੋਇਆ ਉਹ ਸਾਰਾ ਇਤਿਹਾਸ ਆਪਾਂ ਨੇ ਅੱਜ ਪੜ੍ਹਨ ਦੀ ਕੋਸ਼ਿਸ਼ ਕਰਨੀ ਹੈ ਬੜਾ ਹੀ ਇੰਟਰਸਟਿੰਗ ਲੈਕਚਰ ਹੈ ਇਹਨੂੰ ਐਂਡ ਤੱਕ ਜ਼ਰੂਰ ਸੁਣਿਓ ਵੀਡੀਓ ਲੈਕਚਰ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਨੌਲੇਜ ਉਹਨਾਂ ਸਾਰਿਆਂ ਤੱਕ ਵੀ ਪਹੁੰਚ ਸਕੇ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣਾ ਚੈਨਲ ਸਬਸਕ੍ਰਾਈਬ ਕਰ ਦੇਣ ਤਾਂ ਕਿ ਨੋਟੀਫਿਕੇਸ਼ਨ ਤੁਹਾਡੇ ਸਾਰਿਆਂ ਕੋਲ ਟਾਈਮ ਟੂ ਟਾਈਮ ਪਹੁੰਚ ਜਾ ਕਰੇ ਸੋ ਦੇਖੋ ਕਿੰਨੇ ਸਾਰੇ ਕੁਐਸਚਨ ਨੇ ਅੱਜ ਆਪਾਂ ਨੇ ਸੋਲਵ ਕਰਨੇ ਨੇਗੇ ਇਹ ਸਾਰੇ ਨੂੰ ਆਪਾਂ ਐਂਡ ਦੇ ਵਿੱਚ ਜ਼ਰੂਰ ਦੇਖਾਂਗੇ ਬਟ ਪਹਿਲਾਂ ਆਪਾਂ ਥੋੜਾ ਜਿਹਾ ਇਤਿਹਾਸ ਪੜ੍ਹੀਏ ਜੀ ਵੀ ਆਪਣਾ ਜਿਹੜਾ ਸੰਵਿਧਾਨ ਹੈ ਇੰਡੀਅਨ ਕੰਸਟੀਟਿਊਸ਼ਨ ਹੈ ਇਹ ਕਿਵੇਂ ਬਣਿਆ ਤਾਂ ਕੰਸਟੀਟਿਊਸ਼ਨ ਦਾ ਚਲੋ ਬਣਨਾ ਸੀਗਾ ਬਣ ਗਿਆ ਜੀ ਬਟ ਕੰਸਟੀਟਿਊਸ਼ਨ ਬਣਨ ਦਾ ਆਈਡੀਆ ਸਭ ਤੋਂ ਪਹਿਲੀ ਵਾਰ ਕਦੋਂ ਆਇਆ ਜੀ ਤੇ ਕਿਹਨੇ ਦਿੱਤਾ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਤਾਂ ਸਭ ਤੋਂ ਪਹਿਲੀ ਵਾਰ ਸੰਵਿਧਾਨ ਹੋਣਾ ਚਾਹੀਦਾ ਕੰਸਟੀਟਿਊਟ ਅਸੈਂਬਲੀ ਫਾਰ ਇੰਡੀਆ ਹੋਣੀ ਚਾਹੀਦੀ ਹੈ ਜੀ ਇਹਦਾ ਆਈਡੀਆ ਕਿਹਨੇ ਦਿੱਤਾ ਇਹ ਦਿੱਤਾ ਸੀਗਾ 1934 ਦੇ ਵਿੱਚ ਐਮ ਐਨ ਰੋਏ ਨੇ ਇਹ ਬੰਦਾ ਕੌਣ ਸੀਗਾ ਇਹ ਆਪਣੇ ਦੇਸ਼ ਦੇ ਵਿੱਚ ਜਿਹੜੀ ਕਮਿਊਨਿਸਟ ਮੂਵਮੈਂਟ ਸੀਗੀ ਕਾਮਰੇਡ ਕਹਿ ਦੇਣ ਜਿਹਨਾਂ ਨੂੰ ਆਪਾਂ ਉਹਨਾਂ ਦੀ ਮੂਵਮੈਂਟ ਦਾ ਪਾਇਨੀਅਰ ਸੀਗਾ ਇਹ ਬੰਦਾ ਐਮ ਐਨ ਰੋਏ 1934 ਦੇ ਵਿੱਚ ਪਹਿਲੀ ਵਾਰ ਇਹਨੇ ਆਈਡੀਆ ਦਿੱਤਾ ਸੀਗਾ ਸੰਵਿਧਾਨ ਦਾ ਕੰਸਟੀਟਿਊਟ ਅਸੈਂਬਲੀ ਫਾਰ ਇੰਡੀਆ ਦਾ ਇਹ ਪੇਪਰ 'ਚ ਪੁੱਛਿਆ ਜਾਣ ਵਾਲਾ ਕੁਐਸਚਨ ਹੁੰਦਾ ਹੈ ਸੋ ਜਿਹੜੀ ਇਕੱਲੀ ਇਕੱਲੀ ਲਾਈਨ ਮੈਂ ਬੋਲੂੰਗਾ ਇਹ ਸਾਰੇ ਕੁਐਸਚਨ ਹੀ ਨੇ ਅੱਛਾ ਹੁਣ ਕਮਿਊਨਿਸਟ ਪਾਰਟੀ ਦੀ ਗੱਲ ਛਿੜਪੀ ਇਹਦੇ ਬਾਰੇ ਮੈਂ ਤੁਹਾਨੂੰ ਸਾਰਿਆਂ ਨੇ ਇੱਕ ਬਹੁਤ ਹੀ ਜ਼ਰੂਰੀ ਕਲੈਰੀਫਿਕੇਸ਼ਨ ਦੇਣੀ ਚਾਹੁੰਦਾ ਵੀ ਬੱਚੇ ਅਕਸਰ ਕਨਫਿਊਜ਼ ਹੁੰਦੇ ਨੇ ਵੀ ਕਮਿਊਨਿਸਟ ਪਾਰਟੀ ਆਫ ਇੰਡੀਆ ਦੀ ਸਥਾਪਨਾ ਕਦੋਂ ਹੋਈ ਸੀਗੀ ਕੋਈ ਕਹਿੰਦਾ 1920 ਚ ਹੋਈ ਸੀ ਕੋਈ ਕਹਿੰਦਾ 1925 ਚ ਹੋਈ ਸੀ ਇਹ ਸਾਰਿਆਂ ਦਾ ਡਾਊਟ ਮੈਂ ਇੱਥੇ ਕਲੀਅਰ ਕਰਦਾ ਤਾਂ ਦੇਖੋ ਐਮ ਐਨ ਰੋਏ ਸੀਗੇ ਇਹ ਕਾਮਰੇਡ ਸੀਗੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਸੀਗਾ ਤੇ ਇਹ ਵੀ ਵੱਖੋ ਵੱਖਰੇ ਦੇਸ਼ਾਂ ਦੇ ਵਿੱਚ ਗਏ ਸੀਗੇ ਤੇ ਕਮਿਊਨਿਸਟ ਮੂਵਮੈਂਟ ਦੀ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਸੋ ਐਮ ਐਨ ਰੋਏ ਤਾਸ਼ਕੈਂਟ ਜੋ ਕਿ ਉਜ਼ਬੇਕਿਸਤਾਨ ਸੈਂਟਰਲ ਏਸ਼ੀਅਨ ਕੰਟਰੀ ਹੈ ਇਹਦੀ ਕੈਪੀਟਲ ਹੈ ਇੱਥੇ ਇਹਨਾਂ ਨੇ ਕਮਿਊਨਿਸਟ ਪਾਰਟੀ ਆਫ ਇੰਡੀਆ ਦੀ ਸਥਾਪਨਾ ਕੀਤੀ ਸੀਗੀ 1920 ਦੀ 1920 ਦੇ ਵਿੱਚ ਐਮ ਐਨ ਰੋਏ ਨੇ ਤਾਸ਼ਕੈਂਟ ਦੇ ਵਿੱਚ ਕਮਿਊਨਿਸਟ ਪਾਰਟੀ ਆਫ ਇੰਡੀਆ ਦੀ ਸਥਾਪਨਾ ਕੀਤੀ ਸੀਗੀ ਤੇ ਜੇ ਪੁੱਛਿਆ ਵੀ ਇੰਡੀਆ 'ਚ ਕਿਹਨੇ ਸਥਾਪਨਾ ਕੀਤੀ ਸੀ ਕਮਿਊਨਿਸਟ ਪਾਰਟੀ ਆਫ ਇੰਡੀਆ ਦੀ ਤਾਂ ਦੇਖੋ ਇੰਡੀਆ ਦੇ ਵਿੱਚ ਕਈ ਵੱਖੋ ਵੱਖਰੇ ਪਹਿਲਾਂ ਛੋਟੇ ਛੋਟੇ ਗਰੁੱਪਸ ਹੁੰਦੇ ਸੀਗੇ ਉਹਨਾਂ ਸਾਰੇ ਗਰੁੱਪਸ ਨੂੰ ਦਸੰਬਰ 1925 'ਚ ਸੱਤੇ ਭਾਟਾ ਨਾਮ ਦਾ ਬੰਦਾ ਸੀ ਇਹਨੇ ਇਕੱਠਾ ਕੀਤਾ ਤੇ ਕਮਿਊਨਿਸਟ ਪਾਰਟੀ ਆਫ ਇੰਡੀਆ ਦੀ ਸਥਾਪਨਾ ਕੀਤੀ ਸੀਗੀ ਆਪਣੇ ਕਾਨਪੁਰ ਵਿਖੇ 1925 'ਚ ਸੋ ਜੇ ਪੁੱਛਣ ਇੰਡੀਆ 'ਚ ਕਿਹਨੇ ਸਥਾਪਨਾ ਕੀਤੀ ਸੀ ਕਮਿਊਨਿਸਟ ਪਾਰਟੀ ਆਫ ਇੰਡੀਆ ਦੀ ਉਹਦਾ ਬੰਦੇ ਦਾ ਨਾਮ ਸੀਗਾ ਸੱਤੇ ਭਾਟਾ ਕਾਨਪੁਰ ਵਿਖੇ ਕਮਿਊਨਿਸਟ ਪਾਰਟੀ ਆਫ ਇੰਡੀਆ ਦਾ ਉਦੇ ਹੋਇਆ ਸੀਗਾ ਤੇ ਓਵਰਆਲ ਜੇ ਪੁੱਛਣ ਕਮਿਊਨਿਸਟ ਪਾਰਟੀ ਪਹਿਲੀ ਵਾਰ ਬਣੀ ਕਦੋਂ ਸੀ ਤਾਂ 1920 'ਚ ਬਣੀ ਸੀਗੀ ਤਾਸ਼ਕੈਂਟ ਵਿਖੇ ਐਮ ਐਨ ਰੋਏ ਦੁਆਰਾ ਬਣਾਈ ਗਈ ਸੀ ਚਲੋ ਇਹ ਆਪਾਂ ਟੌਪਿਕ ਥੋੜ੍ਹਾ ਜਿਹਾ ਅਲੱਗ ਤੋਂ ਚਲੇ ਗਏ ਸੀਗੇ ਹੁਣ ਆਪਾਂ ਦੁਬਾਰਾ ਆਪਣੇ ਟੌਪਿਕ ਵੱਲ ਆਉਂਦੇ ਹਾਂ ਜੀ ਸੰਵਿਧਾਨ ਕਿਵੇਂ ਬਣਿਆ ਜੀ ਉੱਥੇ ਆਪਾਂ ਪਹੁੰਚਿਆ ਸੋ ਪਹਿਲੀ ਵਾਰ ਐਮ ਐਨ ਰੋਏ ਨੇ ਆਈਡੀਆ ਦਿੱਤਾ ਵੀ ਕੰਸਟੀਟਿਊਟ ਅਸੈਂਬਲੀ ਹੋਣੀ ਚਾਹੀਦੀ ਆਪਣਾ ਦੇਸ਼ ਦਾ ਸੰਵਿਧਾਨ ਹੋਣਾ ਚਾਹੀਦਾ ਪਰ 1935 ਦੇ ਵਿੱਚ ਜਿਹੜੀ ਆਪਣੀ ਇੰਡੀਅਨ ਨੈਸ਼ਨਲ ਕਾਂਗਰਸ ਸੀ ਪਹਿਲੀ ਵਾਰ ਇਹਨਾਂ ਨੇ ਅਫੀਸ਼ੀਅਲੀ ਡਿਮਾਂਡ ਕੀਤੀ ਕੰਸਟੀਟਿਊਟ ਅਸੈਂਬਲੀ ਦੀ ਜਿਹੜੀ ਕਿ ਆਪਣੇ ਸੰਵਿਧਾਨ ਬਣਾ ਸਕੇ ਆਪਣੇ ਕੰਸਟੀਟਿਊਟ ਆਪਣੇ ਕੰਸਟੀਟਿਊਸ਼ਨ ਨੂੰ ਫਰੇਮ ਕਰ ਸਕੇ ਕੰਸਟੀਟਿਊਟ ਅਸੈਂਬਲੀ ਆਪਣੇ ਖੁਦ ਹੀ ਹੋਣੀ ਚਾਹੀਦੀ ਹੈ 1935 ਦੇ ਵਿੱਚ ਕਾਂਗਰਸ ਨੇ ਇਹ ਅਫੀਸ਼ੀਅਲੀ ਡਿਮਾਂਡ ਰੱਖੀ 1938 ਦੇ ਵਿੱਚ ਚਾਚਾ ਨਹਿਰੂ ਨੇ ਕਾਂਗਰਸ ਦੇ ਬਿਹਾਫ ਤੋਂ ਇਹ ਡਿਮਾਂਡ ਨੂੰ ਹੋਰ ਪੱਕਾ ਕੀਤਾ ਇਹਨਾਂ ਨੇ ਇਹ ਡਿਕਲੇਅਰ ਕੀਤਾ ਜੀ ਦ ਕੰਸਟੀਟਿਊਸ਼ਨ ਆਫ ਫਰੀ ਇੰਡੀਆ ਮਸਟ ਬੀ ਫਰੇਮਡ ਤੇ ਇਹਨਾਂ ਦੀ ਡਿਮਾਂਡਾਂ ਖੜੀਆਂ ਹੋਣ ਲੱਗ ਗਈਆਂ ਅੰਗਰੇਜ਼ਾਂ ਦੁਆਰਾ ਪਹਿਲਾਂ ਰਿਜੈਕਟ ਕੀਤੀਆਂ ਗਈਆਂ ਤੇ ਫਾਈਨਲੀ ਅਗਸਤ ਆਫਰ ਆਇਆ ਸੀਗਾ 1940 'ਚ ਇਹਦੇ ਵਿੱਚ ਆਪਣੇ ਇੰਡੀਅਨਸ ਦੀ ਇਹ ਡਿਮਾਂਡ ਐਕਸੈਪਟ ਕਰ ਲਈ ਗਈ ਸੀ ਵੀ ਤੁਹਾਡੀ ਕੰਸਟੀਟਿਊਟ ਅਸੈਂਬਲੀ ਬਣਾਈ ਜਾਊਗੀ ਹੁਣ ਅਗਸਤ ਆਫਰ ਕੀ ਹੈ ਇਹਦੇ ਬਾਰੇ ਵੀ ਥੋੜ੍ਹਾ ਜਿਹਾ ਤੁਹਾਨੂੰ ਮੈਂ ਦੱਸ ਦੇਣਾ
ਥੋੜਾ ਕੀ ਬਸ ਤੁਹਾਨੂੰ ਸਾਰੀ ਦੱਸਦਾ ਨਾ ਵੀ ਕੀ ਸੀਗਾ ਇਹਦੇ ਵਿੱਚ। ਤਾਂ ਦੇਖੋ ਇਹ ਦੌਰ ਦੇ ਵਿੱਚ 1940 ਵਾਲਾ ਜਿਹੜਾ ਦੌਰ ਸੀਗਾ, ਵਰਲਡ ਵਾਰ ਲੱਗੀ ਹੋਈ ਸੀਗੀ ਤੇ ਵਰਲਡ ਵਾਰ ਦੇ ਵਿੱਚ ਬ੍ਰਿਟਿਸ਼ ਸੀਗੇ ਇਹ ਖਿਲਾਫ ਸੀਗੇ ਇਹਨਾਂ ਦੇ ਜਰਮਨ ਦੇ, ਠੀਕ ਹੈ। ਤੇ ਆਪਾਂ ਨੂੰ ਹੁਣ ਅੰਗਰੇਜ਼ ਸੀਗੇ ਜਿਹੜੇ ਇਹਨਾਂ ਨੂੰ ਇੰਡੀਅਨਸ ਦੀ ਸਪੋਰਟ ਚਾਹੀਦੀ ਸੀਗੀ, ਲੜਾਈ ਵਾਸਤੇ ਬੰਦੇ ਚਾਹੀਦੇ ਸੀਗੇ, ਤੇ ਇੰਡੀਅਨਸ ਨੇ ਜਵਾਬ ਦਿੱਤਾ, ਇਹ ਕਹਿੰਦੇ ਭਾਈ ਅਸੀਂ ਤਾਂ ਬੰਦੇ ਦਿੰਦੇ ਨਹੀਂ, ਅਸੀਂ ਤਾਂ ਲੜਾਈ ਦੇ ਵਿੱਚ ਤੁਹਾਡੇ ਭਾਗ ਲੈਣਾ ਹੀ ਨਹੀਂ ਜਿੰਨਾ ਚਿਰ ਤੁਸੀਂ ਸਾਡੀਆਂ ਮੰਗਾਂ ਨਹੀਂ ਮੰਨਦੇ। ਮੰਗ ਕੀ ਸੀ ਆਪਣੇ ਲੋਕਾਂ ਦੀ? ਇਹ ਕਹਿ ਰਹੇ ਵੀ ਭਾਈ ਅਸੀਂ ਤੁਹਾਡਾ ਵਰਲਡ ਵਾਰ 2 ਦੇ ਵਿੱਚ ਤੁਹਾਡਾ ਸਾਥ ਅਸੀਂ ਜ਼ਰੂਰ ਦੇਵਾਂਗੇ ਅੰਗਰੇਜ਼ਾਂ ਦਾ, ਬਟ ਸਾਡੀ ਇੱਕ ਡਿਮਾਂਡ ਹੈ, ਸਾਡੀ ਨੈਸ਼ਨਲ ਗੌਰਮੈਂਟ ਬਣਾਓ ਸੈਂਟਰ ਤੇ। ਤੇ ਅੰਗਰੇਜ਼ਾਂ ਨੇ ਭਾਈ ਇਹ ਡਿਮਾਂਡ ਰਿਜੈਕਟ ਕਰਤੀ। ਅਗਸਤ ਆਫਰ ਲੈਂਦਾ ਸੀਗਾ, ਇਹ ਡਿਮਾਂਡ ਤਾਂ ਉਹਨਾਂ ਨੇ ਰਿਜੈਕਟ ਕਰਤੀ, ਨੈਸ਼ਨਲ ਗੌਰਮੈਂਟ ਐਟ ਸੈਂਟਰ ਇਹ ਬਣਾਉਣ ਦੀ ਡਿਮਾਂਡ ਰਿਜੈਕਟ ਕਰਤੀ, ਬਟ ਉਹਨਾਂ ਨੇ ਇਹ ਡਿਮਾਂਡ ਅਪਰੂਵ ਕਰਤੀ ਵੀ ਚਲੋ ਤੁਹਾਡੀ ਅਸੀਂ ਇੱਕ ਕੌਂਸਟੀਟਿਊਂਟ ਅਸੈਂਬਲੀ ਬਣਾ ਦਾਂਗੇ, ਜਦੋਂ ਅਸੀਂ ਲੜਾਈ ਖਤਮ ਹੋ ਗਈ ਉਸ ਤੋਂ ਬਾਅਦ ਜਸਟ ਬਾਅਦ ਤੁਹਾਡੇ ਦੇਸ਼ ਦੇ ਵਿੱਚ ਕੌਂਸਟੀਟਿਊਂਟ ਅਸੈਂਬਲੀ ਬਣਾ ਦੂਗੀ, ਠੀਕ ਹੈ। ਬਟ ਜਿਹੜਾ ਇਹ ਅਗਸਤ ਆਫਰ ਸੀਗਾ ਇਹ ਰਿਜੈਕਟ ਹੋ ਗਿਆ ਸੀਗਾ, ਠੀਕ ਹੈ, ਇਹ ਅਸੈਪਟ ਨਹੀਂ ਹੋਇਆ ਸੀਗਾ। ਸੋ ਪਹਿਲੀ ਵਾਰ ਜਿਹੜੀ ਕੌਂਸਟੀਟਿਊਂਟ ਅਸੈਂਬਲੀ ਬਣਾਉਣ ਦੀ ਜਿਹੜੀ ਮੰਗ ਅੰਗਰੇਜ਼ਾਂ ਦੁਆਰਾ ਐਕਸੈਪਟ ਤਾਂ ਕੀਤੀ ਗਈ ਸੀ, ਉਹ ਕਦੋਂ ਕੀਤੀ ਗਈ ਸੀ? ਇਹ ਅਗਸਤ ਆਫਰ ਜਿਹੜਾ ਕਿ 1940 ਚ ਆਇਆ ਸੀਗਾ ਉਦੋਂ ਕੀਤੀ ਗਈ ਸੀ। ਸੋ ਲੱਗਦਾ ਆਪਾਂ ਨੇ ਅਗਸਤ ਆਫਰ ਵੀ ਸਮਝ ਲਿਆ, ਹਿਸਟਰੀ ਦਾ ਟੋਪਿਕ ਸੀਗਾ, ਆਪਾਂ ਨੇ ਫਿਰ ਵੀ ਸਮਝ ਲਿਆ ਵੀ ਇਹਦੇ ਵਿੱਚ ਕੀ ਸੀਗਾ। ਸੋ ਫਿਰ ਬਾਅਦ ਦੇ ਵਿੱਚ ਅਗਸਤ ਆਫਰ ਰਿਜੈਕਟ ਹੋਇਆ ਸੀਗਾ, ਉਹ ਤੋਂ ਬਾਅਦ ਇੱਕ ਮੂਵਮੈਂਟ ਵੀ ਚੱਲੀ ਸੀਗੀ ਇੰਡੀਵਿਜੁਅਲ ਸੱਤਿਆਗ੍ਰਹਿ, ਠੀਕ ਹੈ। ਚਲੋ ਮਾਡਰਨ ਹਿਸਟਰੀ ਦਾ ਟੋਪਿਕ ਆਪਾਂ ਬਾਹਲਾ ਡਿਟੇਲ ਦੇ ਵਿੱਚ ਨਹੀਂ ਆਉਂਦੇ। ਫਿਰ 1942 ਦੇ ਵਿੱਚ ਸਟੈਨਫੋਰਡ ਕ੍ਰਿਪਸ਼ਨ ਮਿਸ਼ਨ ਲੈ ਕੇ ਆਇਆ, ਠੀਕ ਹੈ। ਇਹਨਾਂ ਨੇ ਵੀ ਗੱਲ ਕਹੀ ਵੀ ਇੱਕ ਅਸੀਂ ਕਰ ਦਾਂਗੇ, ਠੀਕ ਹੈ, ਇੰਡੀਪੈਂਡੈਂਟ ਕੌਂਸਟੀਟਿਊਸ਼ਨ ਦਾ ਅਸੀਂ ਮਤਲਬ ਤੁਹਾਡੇ ਇੱਕ ਪ੍ਰਪੋਜ਼ਲ ਅਸੀਂ ਅਸੈਪਟ ਕਰ ਲਾਂਗੇ, ਠੀਕ ਹੈ। ਬਟ ਇਹ ਕ੍ਰਿਪਸ ਮਿਸ਼ਨ ਇਹ ਵੀ ਰਿਜੈਕਟ ਹੋ ਗਿਆ ਸੀਗਾ। ਫਿਰ ਫਾਈਨਲੀ ਕੈਬਨਿਟ ਮਿਸ਼ਨ ਆਫ ਇੰਡੀਆ, ਠੀਕ ਹੈ, ਕੈਬਨਿਟ ਮਿਸ਼ਨ ਭੇਜੇਗਾ 1946 ਦੇ ਵਿੱਚ ਭਾਰਤ ਦੇ ਵਿੱਚ। ਇਹਦੇ ਕਾਫੀ ਜ਼ਿਆਦਾ ਪ੍ਰਪੋਜ਼ਲ ਸੀਗੇ ਵੀ ਇੱਕ ਤਾਂ ਆਪਣਾ ਇੰਡੀਆ ਤੇ ਪਾਕਿਸਤਾਨ ਨਹੀਂ ਹੋਣੇ ਚਾਹੀਦੇ, ਇਹ ਕੈਬਨਿਟ ਮਿਸ਼ਨ ਦਾ ਇੱਕ ਮੇਨ ਉਹ ਸੀਗਾ, ਇੱਕ ਪ੍ਰੋਵੀਜ਼ਨ ਸੀਗਾ ਵੀ ਦੋ ਦੇਸ਼ਾਂ ਦੀਆਂ ਅਲੱਗ ਕੌਂਸਟੀਟਿਊਂਟ ਅਸੈਂਬਲੀਆਂ ਨਹੀਂ ਹੋਣਗੀਆਂ। ਬਟ ਕੈਬਨਿਟ ਮਿਸ਼ਨ ਦਾ ਜਿਹੜਾ ਇੱਕ ਪ੍ਰੋਵੀਜ਼ਨ ਸੀਗਾ ਉਹ ਇਹ ਸੀਗਾ ਵੀ ਇੱਕ ਕੌਂਸਟੀਟਿਊਂਟ ਅਸੈਂਬਲੀ ਅਸੀਂ ਜ਼ਰੂਰ ਬਣਾਵਾਂਗੇ। ਤੇ ਇਹਦੇ ਤੋਂ ਮੁਸਲਿਮ ਲੀਗ ਸੈਟਿਸਫਾਈ ਨਹੀਂ ਸੀਗੀ, ਬਾਅਦ ਦੇ ਵਿੱਚ ਇਹਨਾਂ ਨੇ ਆਪਣਾ ਬਾਈਕਾਟ ਵੀ ਕਰਿਆ ਸੀਗਾ ਕੌਂਸਟੀਟਿਊਂਟ ਅਸੈਂਬਲੀ ਦੀ ਪਹਿਲੀ ਮੀਟਿੰਗ ਤੋਂ। ਬਟ ਕੈਬਨਿਟ ਮਿਸ਼ਨ ਤੋਂ ਇਹ ਆਈਡੀਆ ਆ ਗਿਆ ਸੀਗਾ ਵੀ ਕੌਂਸਟੀਟਿਊਂਟ ਅਸੈਂਬਲੀ ਹੋਣੀ ਚਾਹੀਦੀ ਹੈ। ਹੁਣ ਕੌਂਸਟੀਟਿਊਂਟ ਅਸੈਂਬਲੀ ਚਲੋ ਕਾਫੀ ਡਿਮਾਂਡਾਂ ਚੱਲ ਰਹੀਆਂ ਸੀ, ਬਣ ਹੀ ਗਈ ਆਖਿਰਕਾਰ। ਕਦੋਂ ਬਣੀ ਸੀਗੀ? ਨਵੰਬਰ 1946 ਚ ਕੌਂਸਟੀਟਿਊਂਟ ਅਸੈਂਬਲੀ ਦੀ ਸਥਾਪਨਾ ਹੋਈ ਸੀਗੀ, ਕੈਬਨਿਟ ਮਿਸ਼ਨ ਦੀ ਜਿਹੜੀ ਸਕੀਮ ਫਾਰਮੂਲੇਟ ਕੀਤੀ ਸੀਗੀ ਉਹਦੇ ਦੁਆਰਾ। ਤੇ ਇਹਦੀ ਸਟਰੈਂਥ ਕਿੰਨੀ ਸੀ ਉਹ ਯਾਦ ਰੱਖੋ, ਇਹਦੇ ਮੈਂਬਰ ਤੁਹਾਨੂੰ ਰੱਟੇ ਹੋਣੇ ਚਾਹੀਦੇ ਨੇ। ਕੌਂਸਟੀਟਿਊਂਟ ਅਸੈਂਬਲੀ ਦੀ ਟੋਟਲ ਸਟਰੈਂਥ ਸੀਗੀ 399 ਮੈਂਬਰ। ਇਹਦੇ ਵਿੱਚੋਂ ਬ੍ਰਿਟਿਸ਼ ਇੰਡੀਆ ਦੇ ਕਿੰਨੇ ਮੈਂਬਰ ਸੀਗੇ? 296। 296 ਦੇ ਵਿੱਚੋਂ 292 ਤਾਂ ਪ੍ਰੋਵਿੰਸੀ ਚੋਂ ਆਉਂਦੇ ਸੀਗੇ ਮੈਂਬਰ, ਜਿਨ੍ਹਾਂ ਨੂੰ ਆਪਾਂ ਅੱਜ ਦੇ ਸਮੇਂ ਆਪਣੀਆਂ ਸਟੇਟਾਂ ਕਹਿ ਦਿੰਦੇ ਹਾਂ, ਤੇ 4 ਮੈਂਬਰ ਆਉਂਦੇ ਸੀਗੇ ਚੀਫ ਕਮਿਸ਼ਨਰ ਪ੍ਰੋਵਿੰਸੀਜ਼, ਜਿਹਨਾਂ ਨੂੰ ਅੱਜ ਦੇ ਸਮੇਂ ਯੂਨੀਅਨ ਟੈਰੀਟਰੀਜ਼ ਕਹਿ ਦਿੰਦੇ ਆ। ਤੇ ਉਸ ਸਮੇਂ ਇਹ 4 ਚੀਫ ਕਮਿਸ਼ਨਰ ਪ੍ਰੋਵਿੰਸੀਜ਼ ਕਿਹੜੀਆਂ ਹੁੰਦੀਆਂ ਸੀਗੀਆਂ? ਅਜਮੇਰ, ਦਿੱਲੀ, ਬਲੋਚਿਸਤਾਨ ਤੇ ਕੁਰਗ ਕਰਨਾਟਕਾ ਚ ਹੈ। ਸੋ ਇਹ 4 ਯੂਨੀਅਨ ਟੈਰੀਟਰੀਜ਼ ਚੀਫ ਕਮਿਸ਼ਨਰ ਪ੍ਰੋਵਿੰਸੀ ਦਾ ਨਾਮ ਤੁਹਾਨੂੰ ਪਤਾ ਹੋਣਾ ਚਾਹੀਦੇ ਨੇ। ਤੇ ਰਿਆਸਤੀ ਸੂਬੇ ਪ੍ਰਿੰਸਲੀ ਸਟੇਟਾਂ ਦੇ ਵਿੱਚੋਂ ਕਿੰਨੇ ਮੈਂਬਰ ਆਉਂਦੇ ਸੀਗੇ? ਉਹ ਆਉਂਦੇ ਸੀਗੇ 93। ਤੇ ਇਹਨਾਂ ਪ੍ਰੋਵਿੰਸੀਜ਼ ਤੇ ਪ੍ਰਿੰਸਲੀ ਸਟੇਟਾਂ ਦੇ ਵਿੱਚ ਜਿਹੜੀਆਂ ਵੀ ਸੀਟਾਂ ਜਿੰਨੀਆਂ ਵੀ ਅਲਾਟ ਕੀਤੀਆਂ ਜਾਂਦੀਆਂ ਸੀਗੀਆਂ ਉਹ ਕਿਸ ਬੇਸਿਸ ਤੇ ਕੀਤੀਆਂ ਜਾਂਦੀਆਂ ਸੀਗੀਆਂ? ਉਹ ਉਹਨਾਂ ਦੀ ਪਾਪੂਲੇਸ਼ਨ ਦੇ ਆਧਾਰ ਤੇ ਉਹਨਾਂ ਦੀਆਂ ਸੀਟਾਂ ਵੱਡੀ ਜਾਂਦੀਆਂ ਸੀਗੀਆਂ। ਤੇ ਹੁਣ ਇਹਨਾਂ ਨੂੰ ਭੇਜਿਆ ਕਿਵੇਂ ਜਾਂਦਾ ਸੀਗਾ? ਇਲੈਕਸ਼ਨ ਕਰਕੇ, ਜੇ ਇਲੈਕਸ਼ਨ ਕਰਕੇ ਭੇਜਿਆ ਜਾਂਦਾ ਸੀ ਕਿ ਡਾਇਰੈਕਟ ਇਲੈਕਸ਼ਨ ਕਰਕੇ ਭੇਜਿਆ ਜਾਂਦਾ ਸੀਗਾ ਜਾਂ ਇਨਡਾਇਰੈਕਟ ਇਲੈਕਸ਼ਨ ਕਰਕੇ ਭੇਜਿਆ ਜਾਂਦਾ ਸੀਗਾ? ਸੋ ਧਿਆਨ ਚ ਰੱਖਿਓ, ਜਿਹੜੇ ਤਾਂ ਮੈਂਬਰ ਆ ਪ੍ਰੋਵਿੰਸੀਜ਼ ਚੋਂ ਜਾਂਦੇ ਸੀਗੇ, ਪ੍ਰੋਵਿੰਸੀ ਦੇ ਚੀਫ ਕਮਿਸ਼ਨਰ ਪ੍ਰੋਵਿੰਸੀ ਚੋਂ, ਇਹਨਾਂ ਨੂੰ ਤਾਂ ਜਿਹੜੀਆਂ ਪ੍ਰੋਵਿੰਸ਼ੀਅਲ ਲੈਜਿਸਲੇਟਿਵ ਅਸੈਂਬਲੀ ਹੁੰਦੀ ਸੀ, ਆਪਾਂ ਨੇ ਪਿਛਲੇ ਲੈਕਚਰ ਦੇ ਵਿੱਚ ਪੜ੍ਹਿਆ ਹੈਗਾ, ਉਹਨਾਂ ਦੇ ਜਿਹੜੇ ਮੈਂਬਰ ਹੁੰਦੇ ਸੀਗੇ ਉਹ ਇਨਡਾਇਰੈਕਟਲੀ ਚੁਣ ਕੇ ਭੇਜਦੇ ਸੀਗੇ ਕੌਂਸਟੀਟਿਊਂਟ ਅਸੈਂਬਲੀ ਦੇ ਵਿੱਚ ਮੈਂਬਰ, ਠੀਕ ਹੈ। ਇਹ ਗੱਲ ਤੁਸੀਂ ਯਾਦ ਰੱਖੋ, ਡਾਇਰੈਕਟ ਇਲੈਕਸ਼ਨ ਦੁਆਰਾ ਨਹੀਂ ਭੇਜੇ ਜਾਂਦੇ ਸੀਗੇ, ਇਨਡਾਇਰੈਕਟ ਇਲੈਕਸ਼ਨ ਦੁਆਰਾ ਭੇਜੇ ਗਏ ਸੀਗੇ ਕੌਂਸਟੀਟਿਊਂਟ ਅਸੈਂਬਲੀ ਦੇ ਵਿੱਚ ਮੈਂਬਰ। ਤੇ ਜੇ ਗੱਲ ਕਰੀ ਜਾਵੇ ਜਿਹੜੇ ਆਹ ਪ੍ਰਿੰਸਲੀ ਸਟੇਟਾਂ ਦੇ 93 ਮੈਂਬਰ ਨੇ, ਇਹ ਕੌਣ ਭੇਜਦਾ ਸੀਗਾ? ਇਹ ਪ੍ਰਿੰਸਲੀ ਸਟੇਟਾਂ ਦੇ ਜਿਹੜੇ ਹੈੱਡ ਹੁੰਦੇ ਸੀਗੇ, ਰਾਜੇ ਹੁੰਦੇ ਸੀਗੇ, ਉਹ ਨੋਮੀਨੇਟ ਕਰਕੇ ਭੇਜਦੇ ਹੁੰਦੇ ਸੀਗੇ ਇਸ ਕੌਂਸਟੀਟਿਊਂਟ ਅਸੈਂਬਲੀ ਦੇ ਵਿੱਚ ਆਪਦੇ 93 ਮੈਂਬਰ। ਤੇ ਹੁਣ ਆਪਾਂ ਨੂੰ ਇੱਥੋਂ ਇਹ ਗੱਲ ਪਤਾ ਲੱਗ ਗਈ ਵੀ ਕੌਂਸਟੀਟਿਊਂਟ ਅਸੈਂਬਲੀ ਦੇ ਵਿੱਚ ਜਿਹੜੇ ਮੈਂਬਰ ਆਉਂਦੇ ਸੀਗੇ ਇਹ ਕਿਵੇਂ ਆਉਂਦੇ ਸੀਗੇ। ਸੋ ਜਿਹੜੀ ਕੌਂਸਟੀਟਿਊਂਟ ਅਸੈਂਬਲੀ ਇਹ ਬਾਡੀ ਸੀਗੀ, ਇਹ ਪਾਰਟਲੀ ਇਲੈਕਟਿਡ ਸੀਗੀ ਤੇ ਪਾਰਟਲੀ ਇਹ ਨੋਮੀਨੇਟਡ ਸੀਗੀ। ਇਹ ਪੇਪਰ 'ਚ ਕੁਐਸਚਨ ਆਉਂਦਾ ਹੁੰਦਾ ਹੈ, ਤੇ ਜੇ ਪੁੱਛ ਲਏ ਇਲੈਕਟਿਡ ਵੀ ਕਿਵੇਂ ਸੀਗੀ, ਇਹ ਇਨਡਾਇਰੈਕਟਲੀ ਇਲੈਕਟਿਡ ਸੀਗੀ। ਸੋ ਪਾਰਟਲੀ ਇਨਡਾਇਰੈਕਟਲੀ, ਇਨਡਾਇਰੈਕਟਲੀ ਇਲੈਕਟਿਡ ਤੇ ਪਾਰਟਲੀ ਨੋਮੀਨੇਟਡ ਬਾਡੀ ਸੀਗੀ ਕੌਂਸਟੀਟਿਊਂਟ ਅਸੈਂਬਲੀ। ਅੱਛਾ, ਕੌਂਸਟੀਟਿਊਂਟ ਅਸੈਂਬਲੀ ਨੇ ਅੱਗੇ ਜਾ ਕੇ ਇੱਕ ਤਰ੍ਹਾਂ ਦਾ ਇਹ ਟੈਂਪਰੇਰੀ ਪਾਰਲੀਮੈਂਟ ਦੇ ਤਰ੍ਹਾਂ ਹੀ ਇਹਨੇ ਐਕਟ ਕੀਤਾ ਸੀ, ਉਹਦੇ ਬਾਰੇ ਆਪਾਂ ਅੱਗੇ ਵੀ ਪੜਾਂਗੇ। ਤੇ ਹੁਣ ਪਾਰਲੀਮੈਂਟ ਦੇ ਤਰੀਕੇ ਨੇ ਐਕਟ ਕਰਨਾ ਸੀਗਾ ਤੇ ਵੋਟਾਂ ਵੀ ਪੈਣੀਆਂ ਸੀਗੀਆਂ, ਠੀਕ ਹੈ, ਜਿਹੜਾ ਕਿ ਅੱਗੇ ਕਾਨੂੰਨ ਬਣਾਉਣੇ ਸੀਗੇ ਨੇ ਉਹਦੇ ਵਾਸਤੇ ਸਰਕਾਰ ਵੀ ਚਾਹੀਦੀ ਸੀਗੀ। ਸੋ ਵੋਟਾਂ ਪਈਆਂ ਜੁਲਾਈ ਅਗਸਤ 1946 ਦੇ ਵਿੱਚ,
ਮੁਸਲਿਮ ਲੀਗ ਦੀਆਂ ਆਈਆਂ 73 ਸੀਟਾਂ ਤੇ ਬਾਕੀ ਜਿਹੜੀ ਲਿਛਲੀ ਰਹਿ ਗਈ ਠੀਕ ਹੈ ਛੋਟੀ ਮੋਟੀਆਂ ਪਾਰਟੀ ਰਹੀਆਂ ਉਹਨਾਂ ਦੀਆਂ ਆਈਆਂ ਜੀ 15 ਸੀਟਾਂ ਤੇ ਪਹਿਲੀਆਂ ਜਿਹੜੀਆਂ ਇਹ ਇਲੈਕਸ਼ਨ ਹੋਈਆਂ ਸੀ ਕੰਸਟੀਟਿਊਟ ਅਸੈਂਬਲੀ ਦੀਆਂ ਇਹਦੇ ਵਿੱਚ ਜਿਹੜੀਆਂ ਪ੍ਰਿੰਸਲੀ ਸਟੇਟਾਂ ਸੀਗੀਆਂ ਇਹਨਾਂ ਨੇ ਆਪਦੇ ਜਿਹੜੇ ਪੈਰ ਸੀਗੇ ਪਿੱਛੇ ਮੁੜ ਲਏ ਸੀਗੇ ਇਹਨਾਂ ਨੇ ਕੋਈ ਮਤਲਬ ਦੂਰ ਰਹਿਣ ਦਾ ਇਹਨਾਂ ਨੇ ਫੈਸਲਾ ਲਿਆ ਸੀਗਾ ਪਹਿਲੀਆਂ ਇਲੈਕਸ਼ਨ ਤੋਂ ਇਹ ਗੱਲ ਫਿਲਹਾਲ ਤੁਸੀਂ ਯਾਦ ਰੱਖਣੀ ਹੈ ਇੰਪੋਰਟੈਂਟ ਹੈ ਤੇ ਦੇਖੋ ਜਿਹੜੀ ਕੰਸਟੀਟਿਊਟ ਅਸੈਂਬਲੀ ਸੀ ਇਹਦੇ ਵਿੱਚ ਦੇਖੋ ਜਿਵੇਂ ਵੀ ਮੈਂਬਰ ਬੇਸ਼ੱਕ ਇਨਡਾਇਰੈਕਟਲੀ ਭੇਜੇ ਗਏ ਸੀਗੇ ਡਾਇਰੈਕਟ ਇਲੈਕਸ਼ਨ ਦੁਆਰਾ ਯੂਨੀਵਰਸਲ ਡਾਇਰੈਕਟ ਫਰੈਂਚਾਈਜ਼ ਦੇ ਬੇਸਿਸ ਤੇ ਨਹੀਂ ਭੇਜੇ ਗਏ ਸੀਗੇ ਬਟ ਫਿਰ ਵੀ ਪੂਰੀ ਜਿਹੜੇ ਆਪਣੀ ਸੋਸਾਇਟੀ ਦੇ ਵੱਖੋ ਵੱਖਰੇ ਤਬਕੇ ਦੇ ਲੋਕ ਨੇ ਜਿਵੇਂ ਕਿ ਹਿੰਦੂ ਮੁਸਲਿਮ ਸਿੱਖ ਪਾਰਸੀਜ਼ ਐਂਗਲੋ ਇੰਡੀਅਨ ਇੰਡੀਅਨ ਕ੍ਰਿਸਚਨ ਐਸਸੀ ਐਸਟੀ ਤੇ ਔਰਤਾਂ ਇਹ ਸਾਰੇ ਤਬਕਿਆਂ ਦੇ ਲੋਕ ਇਸ ਕੰਸਟੀਟਿਊਂਟ ਅਸੈਂਬਲੀ ਦੇ ਵਿੱਚ ਰੀਪ੍ਰੈਜੈਂਟ ਕਰਦੇ ਸੀਗੇ ਸਾਰੇ ਧਰਮਾਂ ਦੇ ਲੋਕ ਇਸ ਕੰਸਟੀਟਿਊਂਟ ਅਸੈਂਬਲੀ ਦੇ ਵਿੱਚ ਆਪਦੇ ਆਪ ਨੂੰ ਰੀਪ੍ਰੈਜੈਂਟ ਕਰਦੇ ਸੀਗੇ ਤੇ ਦੇਸ਼ ਦੀਆਂ ਬਹੁਤ ਹੀ ਮਹਾਨ ਸ਼ਖਸੀਅਤਾਂ ਇਸ ਕੰਸਟੀਟਿਊਂਟ ਅਸੈਂਬਲੀ ਦੇ ਮਤਲਬ ਮੈਂਬਰ ਸੀਗੇ ਇਹਨਾਂ ਦੇ ਵਿੱਚ ਭਾਗ ਲਿਆ ਸੀ ਬਟ ਕੁਝ ਕੁ ਐਕਸੈਪਸ਼ਨ ਸੀ ਉਹ ਦੋ ਬੰਦੇ ਜਿਨ੍ਹਾਂ ਨੇ ਕੰਸਟੀਟਿਊਂਟ ਅਸੈਂਬਲੀ ਦਾ ਜਿਹੜੇ ਭਾਗ ਨਹੀਂ ਸੀਗੇ ਮੈਂਬਰ ਨਹੀਂ ਸੀਗੇ ਉਹਨਾਂ ਦੇ ਨਾਮ ਤੁਹਾਨੂੰ ਤੁਸੀਂ ਯਾਦ ਰੱਖਿਓ ਪੇਪਰ ਦੇ ਵਿੱਚ ਆਉਂਦਾ ਹੈ ਸੋ ਇੱਕ ਤਾਂ ਬਾਪੂ ਗਾਂਧੀ ਸੀਗਾ ਮਹਾਤਮਾ ਗਾਂਧੀ ਤੇ ਦੂਸਰਾ ਸੀਗਾ ਮੁਹੰਮਦ ਅਲੀ ਜਿੰਨਾ ਇਹ ਦੋਵੇਂ ਪਰਸਨੈਲਿਟੀਜ਼ ਇਹ ਕੰਸਟੀਟਿਊਂਟ ਅਸੈਂਬਲੀ ਦਾ ਭਾਗ ਨਹੀਂ ਸੀਗੇ ਇਹ ਤੁਸੀਂ ਗੱਲ ਯਾਦ ਰੱਖਿਓ ਹੁਣ ਕੰਸਟੀਟਿਊਂਟ ਅਸੈਂਬਲੀ ਬਣ ਗਈ ਭਾਈ ਮੀਟਿੰਗ ਵਗੈਰਾ ਹੋਣੀ ਸੀਗਾ ਸੈਸ਼ਨ ਵਗੈਰਾ ਇਹਨਾਂ ਦੇ ਹੈਲਡ ਹੋਣੇ ਸੀਗੇ ਕੰਮ ਇਹਨਾਂ ਦੇ ਕਈ ਕੰਮ ਸੀਗੇ ਇੱਕ ਤਾਂ ਸੰਵਿਧਾਨ ਬਣਾਉਣਾ ਆਪਣੇ ਦੇਸ਼ ਦਾ ਦੂਸਰਾ ਕਈ ਆਰਡੀਨਰੀ ਲਾਜ਼ ਬਣਾਉਣੇ ਜਿੰਨਾ ਚਿਰ ਆਪਣਾ ਸੰਵਿਧਾਨ ਬਣਦਾ ਨਹੀਂ ਲਾਗੂ ਨਹੀਂ ਹੁੰਦਾ ਉਦੋਂ ਤੱਕ ਜਿਹੜੇ ਆਰਡੀਨਰੀ ਕਾਨੂੰਨ ਨੇਗੇ ਉਹ ਬਣਾਉਣ ਦਾ ਕੰਮ ਵੀ ਕੰਸਟੀਟਿਊਂਟ ਅਸੈਂਬਲੀ ਦਾ ਹੀ ਸੀਗਾ ਸੋ ਕਾਫੀ ਵੱਡੀ ਜ਼ਿੰਮੇਵਾਰੀ ਸੀ ਇਸ ਬੋਡੀ ਦੇ ਉੱਪਰ ਸੋ ਚਲੋ ਭਾਈ ਜ਼ਿੰਮੇਵਾਰੀ ਪੈ ਗਈ ਪਹਿਲੀ ਮੀਟਿੰਗ ਹੋਈ ਕਦੋਂ ਹੋਈ 9 ਦਸੰਬਰ 1946 ਨੂੰ ਇਹ ਤਰੀਕ ਯਾਦ ਰੱਖਿਓ ਪੁੱਛਦੇ ਹੁੰਦੇ ਨੇ ਪੇਪਰ 'ਚ ਵੀ ਕੰਸਟੀਟਿਊਂਟ ਅਸੈਂਬਲੀ ਦੀ ਪਹਿਲੀ ਮੀਟਿੰਗ ਕਦੋਂ ਹੋਈ ਤਾਂ ਉਹ ਹੋਈ ਜੀ 9 ਦਸੰਬਰ 1946 ਨੂੰ ਇਹ ਮੀਟਿੰਗ ਨੂੰ ਸਿਰਫ 211 ਮੈਂਬਰਸ ਨੇ ਅਟੈਂਡ ਕੀਤਾ ਸੀਗਾ ਮੁਸਲਿਮ ਲੀਗ ਨੇ ਇਸ ਮੀਟਿੰਗ ਦਾ ਬਾਈਕਾਟ ਕੀਤਾ ਸੀਗਾ ਤੇ ਇਸ ਮੀਟਿੰਗ ਦੇ ਵਿੱਚ ਡਾਕਟਰ ਸਚਿਦਾਨੰਦ ਸਿਨਹਾ ਇਹਨਾਂ ਨੂੰ ਐਜ਼ ਅ ਟੈਂਪਰੇਰੀ ਪ੍ਰੈਜ਼ੀਡੈਂਟ ਨੋਮੀਨੇਟ ਕੀਤਾ ਗਿਆ ਸੀਗਾ ਇਹ ਗੱਲ ਯਾਦ ਰੱਖਿਓ ਟੈਂਪਰੇਰੀ ਪ੍ਰੈਜ਼ੀਡੈਂਟ ਲਾਇਆ ਗਿਆ ਸੀਗਾ ਪਹਿਲੀ ਮੀਟਿੰਗ 'ਚ ਡਾਕਟਰ ਸਚਿਦਾਨੰਦ ਸਿਨਹਾ ਨੂੰ ਫਿਰ ਭਾਈ ਦੂਸਰੀ ਮੀਟਿੰਗ ਹੋਈ 11 ਦਸੰਬਰ 1946 ਨੂੰ ਇਸ ਮੀਟਿੰਗ ਦੇ ਵਿੱਚ ਕਾਫੀ ਮਹੱਤਵਪੂਰਨ ਡਿਸੀਜਨ ਲਏ ਇੱਕ ਤਾਂ ਜਿਹੜੇ ਇਸ ਕੰਸਟੀਟਿਊਂਟ ਅਸੈਂਬਲੀ ਦੇ ਪ੍ਰੈਜ਼ੀਡੈਂਟ ਕਿਹਨੂੰ ਚੁਣਿਆ ਗਿਆ ਡਾਕਟਰ ਰਜਿੰਦਰ ਪ੍ਰਸਾਦ ਨੂੰ ਇੰਡੀਪੈਂਡੈਂਸ ਡੇ ਦੇ ਪਹਿਲੇ ਇੰਡੀਪੈਂਡੈਂਸ ਇੰਡੀਆ ਦੇ ਪਹਿਲੇ ਰਾਸ਼ਟਰਪਤੀ ਸੀਗੇ ਡਾਕਟਰ ਰਜਿੰਦਰ ਪ੍ਰਸਾਦ ਤੇ ਵਾਈਸ ਪ੍ਰੈਜ਼ੀਡੈਂਟ ਕੌਣ ਸੀਗਾ ਉਹ ਸੀਗੇ ਐਚ ਸੀ ਮੁਖਰਜੀ ਇੱਕ ਹੋਰ ਵੀ ਸੀਗੇ ਕੇ ਟੀ ਕ੍ਰਿਸ਼ਨ ਆਚਾਰਿਆ ਮੈਂ ਲਿਖਿਆ ਨੀਗਾ ਐਚ ਸੀ ਮੁਖਰਜੀ ਤੁਸੀਂ ਯਾਦ ਰੱਖਣਾ ਤੇ ਤੀਸਰੇ ਸੀਗੇ ਕੰਸਟੀਟਿਊਸ਼ਨਲ ਐਡਵਾਈਜ਼ਰ ਇਹ ਕੌਣ ਸੀਗੇ ਇਹ ਸੀਗੇ ਬੀ ਐਨ ਰਾਓ ਇਹ ਬੀ ਐਨ ਰਾਓ ਬੀ ਆਰ ਅੰਬੇਦਕਰ ਨੀਗਾ ਇਹ ਬੀ ਐਨ ਰਾਓ ਕੋਈ ਹੋਰ ਬੰਦਾ ਸੀਗਾ ਠੀਕ ਹੈ ਇਹ ਕੰਸਟੀਟਿਊਸ਼ਨਲ ਐਡਵਾਈਜ਼ਰ ਸੀਗਾ ਫਿਰ ਜਿਹੜੀ ਅਸੈਂਬਲੀ ਸੀ ਕੰਸਟੀਟਿਊਂਟ ਅਸੈਂਬਲੀ ਇਹਦਾ ਸਿੰਬਲ ਵੀ ਰੱਖਿਆ ਗਿਆ ਇਹਦਾ ਸਿੰਬਲ ਰੱਖਿਆ ਗਿਆ ਸੀਗਾ ਹਾਥੀ ਯਾਨੀ ਕਿ ਐਲੀਫੈਂਟ ਤੇ ਸੈਕਟਰੀ ਜਿਵੇਂ ਅੱਜ ਦੇ ਸਮੇਂ ਲੋਕ ਸਭਾ ਰਾਜ ਸਭਾ ਦੇ ਵਿੱਚ ਸੈਕਟਰੀ ਹੁੰਦੇ ਨੇ ਅਫਸਰ ਹੁੰਦੇ ਨੇ ਠੀਕ ਹੈ ਉਦੋਂ ਜਿਹੜੀ ਕੰਸਟੀਟਿਊਂਟ ਅਸੈਂਬਲੀ ਸੀ ਇਹਦਾ ਸੈਕਟਰੀ ਕੌਣ ਸੀਗਾ ਇਹ ਸੀਗਾ ਐਚ ਵੀ ਆਰ ਆਇੰਗਰ ਠੀਕ ਹੈ ਇਹ ਪੰਜੇ ਮੈਂਬਰਾਂ ਦੇ ਨਾਮ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ ਤੇ ਫਿਰ ਅਗਲੀ ਮੀਟਿੰਗ ਹੋਈ 13 ਦਸੰਬਰ 1946 ਨੂੰ ਬਹੁਤ ਹੀ ਇਤਿਹਾਸਕ ਮੀਟਿੰਗ ਸੀਗੀ ਕਿਉਂ ਕਿਉਂਕਿ ਇਸ ਮੀਟਿੰਗ ਦੇ ਵਿੱਚ ਚਾਚਾ ਨਹਿਰੂ ਨੇ ਇੱਕ ਬਹੁਤ ਹੀ ਇਤਿਹਾਸਕ ਆਬਜੈਕਟਿਵ ਰੈਜ਼ੋਲੂਸ਼ਨ ਇਸ ਕੰਸਟੀਟਿਊਂਟ ਅਸੈਂਬਲੀ ਦੇ ਵਿੱਚ ਪੇਸ਼ ਕੀਤਾ ਸੀਗਾ ਤੇ ਇਹ ਜਿਹੜਾ ਆਬਜੈਕਟਿਵ ਰੈਜ਼ੋਲੂਸ਼ਨ ਸੀਗਾ ਇਹ ਕੰਸਟੀਟਿਊਂਟ ਅਸੈਂਬਲੀ ਦੁਆਰਾ 22 ਜਨਵਰੀ 1947 ਨੂੰ ਅਨੋਨਿਮਸਲੀ ਅਡੋਪਟ ਕੀਤਾ ਗਿਆ ਯਾਨੀ ਕਿ ਬਿਨਾਂ ਕਿਸੇ ਵਿਰੋਧ ਤੋਂ ਅਡੋਪਟ ਕਰ ਲਿਆ ਗਿਆ ਤੇ ਇਹ ਆਬਜੈਕਟਿਵ ਰੈਜ਼ੋਲੂਸ਼ਨ ਹੀ ਅੱਗੇ ਜਾ ਕੇ ਆਪਣਾ ਜਿਹੜਾ ਸੰਵਿਧਾਨ ਹੈ ਉਹਦਾ ਪ੍ਰੀਐਂਬਲ ਬਣਦਾ ਹੈ ਇਹਨੂੰ ਮੋਡੀਫਾਈ ਕਰਕੇ ਆਪਣਾ ਜਿਹੜਾ ਅੱਜ ਦਾ ਪ੍ਰੀਐਂਬਲ ਹੈਗਾ ਸੰਵਿਧਾਨ ਦੇ ਵਿੱਚ ਉਹ ਬਣਿਆ ਹੋਏਗਾ ਠੀਕ ਹੈ ਤੇ ਹੁਣ ਆਪਾਂ ਥੋੜਾ ਜਿਹਾ ਪਿੱਛੇ ਹੋਰ ਚੱਲਦੇ ਆ ਭਾਈ ਕੈਬਨਿਟ ਮਿਸ਼ਨ ਪਲਾਨ ਬਾਰੇ ਆਪਾਂ ਪੜਿਆ ਉਹਦੇ ਵਿੱਚ ਆਪਾਂ ਨੂੰ ਇੱਕ ਗੱਲ ਦਾ ਪਤਾ ਲੱਗ ਗਈ ਵੀ ਉਸ ਪ੍ਰਵਾਨ ਦਾ ਜਿਹੜਾ ਇੱਕ ਪ੍ਰੋਵੀਜ਼ਨ ਸੀਗਾ ਉਹਦੇ ਵਿੱਚ ਲਿਖਿਆ ਸੀਗਾ ਵੀ ਕੰਸਟੀਟਿਊਂਟ ਅਸੈਂਬਲੀ ਬਣਾ ਦਾਂਗੇ ਠੀਕ ਹੈ ਉਹਦੇ ਕਰਕੇ ਕੰਸਟੀਟਿਊਂਟ ਅਸੈਂਬਲੀ ਦਾ ਚਲੋ ਬਣ ਗਈ ਗੱਲ ਠੀਕ ਹੈ ਬਟ ਓਵਰਆਲ ਜਿਹੜਾ ਕੈਬਨਿਟ ਮਿਸ਼ਨ ਪਲਾਨ ਸੀਗਾ ਉਹ ਭਾਈ ਰਿਜੈਕਟ ਹੋ ਗਿਆ ਸੀਗਾ ਫਿਰ ਬਾਅਦ ਦੇ ਵਿੱਚ ਉਦੋਂ ਵਾਈਸ ਰਾਏ ਹੁੰਦਾ ਸੀਗਾ ਲਾਰਡ ਵੇਵਲ ਵਾਪਸ ਵਗ ਗਿਆ ਫਿਰ ਆਪਣੇ ਦੇਸ਼ ਦੇ ਵਿੱਚ ਆ ਗਿਆ ਜੀ ਲਾਰਡ ਮਾਊਂਟਬੈਟਨ ਇੱਕ ਪਲਾਨ ਲੈ ਕੇ ਆਇਆ ਬੇਸਿਕਲੀ ਮਾਊਂਟਬੈਟਨ ਦੋ ਪਲਾਨ ਲੈ ਕੇ ਆਇਆ ਸੀ ਪਹਿਲਾ ਪਲਾਨ ਸੀਗਾ ਇਹਦਾ ਡਿੱਕੀ ਬਰੀ ਪਲਾਨ ਠੀਕ ਹੈ ਡਿੱਕੀ ਵਰਗ ਪਲਾਨ ਉਹ ਰਿਜੈਕਟ ਹੋ ਗਿਆ ਸੀਗਾ ਉਹ ਆਪਾਂ ਮਾਡਰਨ ਹਿਸਟਰੀ 'ਚ ਪੜਾਂਗੇ ਉਸ ਪਲਾਨ ਦੇ ਵਿੱਚ ਕੀ ਸੀਗਾ ਤੇ ਦੂਸਰਾ ਪਲਾਨ ਮਾਊਂਟਬੈਟਨ ਸਾਹਿਬ ਲੈ ਕੇ ਉਹਦਾ ਨਾਮ ਸੀਗਾ ਜੂਨ 3 ਪਲਾਨ ਜੂਨ 3 1947 ਨੂੰ ਪਲਾਨ ਲੈ ਕੇ ਇਹ ਪਲਾਨ ਐਕਸੈਪਟ ਹੋ ਗਿਆ ਸੀਗਾ ਜਿਹਦੇ ਕਰਕੇ ਆਪਣੇ ਦੇਸ਼ ਇੰਡੀਆ ਤੇ ਪਾਕਿਸਤਾਨ ਅਲੱਗ ਹੋਏ ਸੀਗੇ ਇਸ ਪਲਾਨ ਨਾਲ ਮਤਲਬ ਆਪਣਾ ਦੇਸ਼ ਆਜ਼ਾਦ ਹੋਇਆ ਸੀਗਾ ਠੀਕ ਹੈ ਫਿਰ ਇੰਡੀਅਨ ਇੰਡੀਪੈਂਡੈਂਸ ਐਕਟ ਆਇਆ ਸੀ 1947 'ਚ ਤੇ ਹੁਣ ਆਪਣਾ ਜੂਨ 3 ਪਲਾਨ ਆ ਗਿਆ ਠੀਕ ਹੈ ਤੇ ਉਸ ਤੋਂ ਬਾਅਦ ਦੁਬਾਰਾ ਇਲੈਕਸ਼ਨ ਵਗੈਰਾ ਹੋਏ ਠੀਕ ਹੈ ਤੇ ਉਸ ਤੋਂ ਬਾਅਦ ਕੀ ਹੋਇਆ ਪਹਿਲਾਂ ਕੀ ਸੀਗਾ ਜਿਹੜੀ ਵੀ ਪ੍ਰਿੰਸਲੀ ਸਟੇਟਾਂ ਸੀ ਇਹਨਾਂ ਨੇ ਪਿਛਲੀ ਵਾਰ ਕੀ ਕੀਤਾ ਸੀ ਵੋਟਾਂ 'ਚ ਅਸੀਂ ਕਹਿੰਦੇ ਸੀ ਇਸ ਇਲੈਕਸ਼ਨ ਤੋਂ ਆਪਾਂ ਦੂਰ ਰਹਿਣਾ ਠੀਕ ਹੈ ਇਹਨਾਂ ਦੇ ਵਿੱਚ ਭਾਗ ਨਹੀਂ ਲੈਣਾ ਬਟ ਦੁਬਾਰਾ ਜਿਹੜੇ ਪ੍ਰਿੰਸਲੀ ਸਟੇਟਾਂ ਸੀਗੀਆਂ ਮੋਸਟ ਜਿਹੜੀਆਂ ਪ੍ਰਿੰਸਲੀ ਸਟੇਟਾਂ ਸੀਗੀਆਂ ਇਹਨਾਂ ਨੇ ਆਪਦੀਆਂ ਇਸ ਅਸੈਂਬਲੀ ਦੇ ਵਿੱਚ ਸੀਟਾਂ ਲੈ ਲਈਆਂ
ਤੇ ਜਿਹੜੇ ਇੰਡੀਅਨ ਡੋਮੀਨੀਅਨ ਦੇ ਮੁਸਲਿਮ ਲੀਗ ਦੇ ਲੋਕ ਸੀਗੇ ਉਹ ਵੀ ਅਸੈਂਬਲੀ ਦੇ ਵਿੱਚ ਆ ਗਏ ਸੀਗੇ ਤੇ ਦੇਸ਼ ਆਜ਼ਾਦ ਹੋ ਗਿਆ ਸੀਗਾ ਇੰਡੀਅਨ ਇੰਡੀਪੈਂਡੈਂਸ ਐਕਟ 1947 ਦੇ ਨਾਲ ਜਿਹਦੇ ਨਾਲ ਇੰਡੀਆ ਦੀ ਇੱਕ ਅਲੱਗ ਕੌਨਸਟੀਟਿਊਂਟ ਅਸੈਂਬਲੀ ਬਣ ਗਈ ਤੇ ਪਾਕਿਸਤਾਨ ਦੀ ਅਲੱਗ ਕੌਨਸਟੀਟਿਊਂਟ ਅਸੈਂਬਲੀ ਬਣ ਗਈ ਜਿਹੜੇ ਮੁਸਲਿਮ ਲੀਗ ਪਾਕਿਸਤਾਨ ਦੇ ਮੈਂਬਰ ਸੀਗੇ ਉਹ ਆਪਣੇ ਦੇਸ਼ 'ਚ ਚਲੇ ਗਏ ਸੀਗੇ ਤੇ ਜਿਹਦੇ ਕਰਕੇ ਇਸ ਅਸੈਂਬਲੀ ਦੀ ਸਟਰੈਂਥ ਥੋੜੀ ਜਿਹੀ ਘੱਟ ਗਈ ਸੀਗੀ ਮੁਸਲਿਮ ਲੀਗ ਮਤਲਬ ਇਹਨਾਂ ਨੇ ਵਿਦਰੋਅ ਕਰ ਲਿਆ ਸੀਗਾ ਅਸੈਂਬਲੀ 'ਚ ਜਿਹੜੇ ਮੁਸਲਿਮ ਲੀਗ ਦੇ ਮੈਂਬਰ ਸੀਗੇ ਸੋ ਕੁਝ ਕੁ ਇੰਪੋਰਟੈਂਟ ਚੇਂਜਸ ਜਿਹੜੇ ਕਿ ਇੰਡੀਅਨ ਇੰਡੀਪੈਂਡੈਂਸ ਐਕਟ 1947 ਦੇ ਵਿੱਚ ਲਿਆਂਦੇ ਗਏ ਸੀਗੇ ਉਹ ਪੜ੍ਹਨੇ ਬਹੁਤ ਜ਼ਰੂਰੀ ਨੇ ਤਾਂ ਸਭ ਤੋਂ ਪਹਿਲਾ ਚੇਂਜ ਇਹ ਸੀਗਾ ਵੀ ਜਿਹੜੀ ਕੌਨਸਟੀਟਿਊਂਟ ਅਸੈਂਬਲੀ ਜਿਹਦੇ ਬਾਰੇ ਆਪਾਂ ਪਿੱਛੇ ਹਾਲੇ ਇੱਕ ਆਈਡੀਆ ਲਏਗਾ ਉਹ ਇੱਕ ਫੁੱਲੀ ਸੋਵਰਨ ਬਾਡੀ ਹੋਊਗੀ ਆਪਣੇ ਆਪ ਦੇ ਵਿੱਚ ਆਜ਼ਾਦ ਹੋਊਗੀ ਤੇ ਦੂਸਰਾ ਉਹਨੂੰ ਇਹ ਪਾਵਰ ਦਿੱਤੀ ਜਾਂਦੀ ਹੈ ਵੀ ਉਹ ਬ੍ਰਿਟਿਸ਼ ਪਾਰਲੀਮੈਂਟ ਦੁਆਰਾ ਹੁਣ ਤੱਕ ਕੋਈ ਵੀ ਕਾਨੂੰਨ ਬਣਾਇਆ ਹੋਇਆ ਉਸ ਕਾਨੂੰਨ ਨੂੰ ਉਹ ਅਲਟਰ ਕਰ ਸਕਦੀ ਹੈਗੀ ਇਨ ਰਿਲੇਸ਼ਨ ਟੂ ਇੰਡੀਆ ਯਾਨੀ ਕਿ ਇੰਡੀਆ ਦੇ ਨਾਲ ਰਿਲੇਟਡ ਕੋਈ ਵੀ ਕਾਨੂੰਨ ਬ੍ਰਿਟਿਸ਼ ਪਾਰਲੀਮੈਂਟ ਦੁਆਰਾ ਹੁਣ ਤੱਕ ਜਿਹੜੇ ਬਣਾਏ ਗਏ ਨੇ ਉਹਨਾਂ ਨੂੰ ਕੌਨਸਟੀਟਿਊਂਟ ਅਸੈਂਬਲੀ ਅਲਟਰ ਕਰ ਸਕਦੀ ਹੈ ਇਹ ਫੁੱਲ ਪਾਵਰ ਦਿੱਤੀ ਗਈ ਹੈ ਇੰਡੀਅਨ ਇੰਡੀਪੈਂਡੈਂਸ ਐਕਟ ਆਫ 1947 ਦੁਆਰਾ ਦੂਸਰਾ ਚੇਂਜ ਇਹ ਸੀਗਾ ਵੀ ਜਿਹੜੀ ਇਹ ਅਸੈਂਬਲੀ ਹੋਊਗੀ ਕੌਨਸਟੀਟਿਊਂਟ ਅਸੈਂਬਲੀ ਇਹ ਲੈਜਿਸਲੇਟਿਵ ਬਾਡੀ ਦੀ ਤਰ੍ਹਾਂ ਕੰਮ ਕਰੂਗੀ ਯਾਨੀ ਕਿ ਟੈਂਪਰੇਰੀ ਆਪਣੀ ਪਾਰਲੀਮੈਂਟ ਦੀ ਤਰ੍ਹਾਂ ਇਹ ਐਕਟ ਕਰੂਗੀ ਤੇ ਇਹਦਾ ਕੰਮ ਇਹ ਹੋਊਗਾ ਵੀ ਜਿੰਨਾ ਚਿਰ ਸੰਵਿਧਾਨ ਨਹੀਂ ਬਣਦਾ ਉਹਨਾਂ ਚਿਰ ਆਰਡੀਨਰੀ ਲਾਅ ਸਿੰਪਲ ਜਿਹੜੇ ਸਿੰਪਲ ਲਾਅਸ ਨੇ ਸਿੰਪਲ ਕਾਨੂੰਨ ਨੇ ਉਹਨਾਂ ਨੂੰ ਤੁਸੀਂ ਇਨੈਕਟ ਕਰਵਾਓ ਤੇ ਇਸ ਲੈਜਿਸਲੇਟਿਵ ਬਾਡੀ ਦਾ ਪਹਿਲਾ ਚੇਅਰਮੈਨ ਕੌਣ ਸੀਗਾ ਜਿਹਨੂੰ ਆਪਾਂ ਸਪੀਕਰ ਕਹਿ ਦਿੰਦੇ ਉਹ ਸੀਗਾ ਗਣੇਸ਼ ਵਾਸੁਦੇਵ ਮਾਵਲੰਕਰ ਜਿਹਨੂੰ ਜੀਵੀ ਮਾਵਲੰਕਰ ਸਾਹਿਬ ਕਹਿ ਦਿੰਦੇ ਨੇ ਪਹਿਲੇ ਸਪੀਕਰ ਸੀਗੇ ਇਹ ਲੋਕ ਸਭਾ ਦੇ ਪੇਪਰ 'ਚ ਕੁਸਚਨ ਆਉਂਦਾ ਹੁੰਦਾ ਤੇ ਮੁਸਲਿਮ ਲੀਗ ਨੇ ਚਲੋ ਵਿਦਰੋਅ ਕਰ ਲਿਆ ਸੀਗਾ ਇਸ ਅਸੈਂਬਲੀ 'ਚ ਕਿਉਂਕਿ ਉਹ ਆਪਦੀ ਕੌਨਸਟੀਟਿਊਂਟ ਅਸੈਂਬਲੀ ਚਲੇ ਗਏ ਸੀਗੇ ਪਾਕਿਸਤਾਨ ਅਲੱਗ ਹੋ ਗਿਆ ਸੀਗਾ ਤੇ ਹੁਣ ਇਸ ਅਸੈਂਬਲੀ ਦੀ ਨਵੀਂ ਸਟਰੈਂਥ ਕਿਹਦੀ ਰਹਿ ਗਈ ਸੀਗੀ ਉਹ ਰਹਿ ਗਈ ਸੀਗੀ 299 ਤੇ ਇਹਦੇ ਵਿੱਚੋਂ 229 ਤਾਂ ਇੰਡੀਅਨ ਪ੍ਰੋਵਿੰਸਿਸ ਚੋਂ ਆਉਂਦੇ ਸੀਗੇ ਤੇ 70 ਜਿਹੜੇ ਮੈਂਬਰ ਸੀਗੇ ਉਹ ਆਉਂਦੇ ਸੀਗੇ ਪ੍ਰਿੰਸਲੀ ਸਟੇਟਾਂ ਚੋਂ ਅੱਛਾ ਹੁਣ ਇਹ ਜਿਹੜੀ ਅਸੈਂਬਲੀ ਹੈਗੀ ਕੌਨਸਟੀਟਿਊਂਟ ਅਸੈਂਬਲੀ ਇਹ ਐਜ਼ ਅ ਟੈਂਪਰੇਰੀ ਪਾਰਲੀਮੈਂਟ ਇਲੈਕਟ ਕਰੂਗੀ ਹੁਣ ਪਾਰਲੀਮੈਂਟ ਦੀ ਤਰ੍ਹਾਂ ਇਲੈਕਟ ਮਤਲਬ ਐਕਟ ਕਰੂਗੀ ਤਾਂ ਇਹਦਾ ਮਤਲਬ ਉਹਦੇ ਵਿੱਚ ਮੰਤਰੀ ਵੀ ਹੋਣਗੇ ਠੀਕ ਹੈ ਜੀ ਮੰਤਰੀ ਹੋਣਗੇ ਕੈਬਨਿਟ ਦਾ ਉਹਨਾਂ ਕੋਲ ਰੈਂਕ ਹੋਊਗਾ ਤੇ ਉਹਨਾਂ ਕੈਬਨਿਟ ਮੰਤਰੀਆਂ ਦੇ ਤੁਹਾਨੂੰ ਨਾਮ ਜ਼ਰੂਰ ਪਤਾ ਹੋਣੇ ਚਾਹੀਦੇ ਨੇ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇੰਟਰੀਮ ਗਵਰਨਮੈਂਟ 1946 ਦੇ ਵਿੱਚ ਜਿਹੜੀ ਬਣੀ ਸੀਗੀ ਉਹਦੇ ਵਿੱਚ ਜਿਹੜੇ ਕੈਬਨਿਟ ਮੰਤਰੀ ਸੀਗੇ ਉਹਨਾਂ ਦੇ ਨਾਮ ਤੁਹਾਨੂੰ ਮੋਸਟਲੀ ਜਿਹੜੇ ਇੰਪੋਰਟੈਂਟ ਸੀਗੇ ਉਹ ਤਾਂ ਤੁਹਾਨੂੰ ਪਤਾ ਹੋਣੇ ਹੀ ਚਾਹੀਦੇ ਨੇ ਤਾਂ ਸਭ ਤੋਂ ਪਹਿਲਾਂ ਜਿਹੜਾ ਐਗਜ਼ਾਮੀਨਰ ਕਨਫਿਊਜ਼ ਕਰਦਾ ਹੁੰਦਾ ਤੁਹਾਡੇ ਤੋਂ ਪੁੱਛੂਗਾ ਵੀ ਇੰਟਰੀਮ ਗਵਰਨਮੈਂਟ 1946 ਜਦੋਂ ਬਣੀ ਸੀਗੀ ਉਦੋਂ ਉਸ ਇੰਟਰੀਮ ਗਵਰਨਮੈਂਟ ਦਾ ਪ੍ਰੈਜ਼ੀਡੈਂਟ ਕੌਣ ਸੀਗਾ ਬੱਚੇ ਨਹਿਰੂ ਦੇ ਉੱਪਰ ਟਿੱਕ ਲਾਏ ਹੁੰਦੇ ਨੇ ਬਟ ਨਹਿਰੂ ਇਹਦਾ ਆਨਸਰ ਨਹੀਂ ਹੋਊਗਾ ਪ੍ਰੈਜ਼ੀਡੈਂਟ ਹੁੰਦਾ ਸੀਗਾ ਇੰਟਰੀਮ ਗਵਰਨਮੈਂਟ ਦਾ ਵਾਇਸਰਾਏ ਠੀਕ ਹੈ ਇਹ ਗੱਲ ਯਾਦ ਰੱਖੋ ਵਾਇਸਰਾਏ ਹੁੰਦਾ ਸੀਗਾ ਅੰਗਰੇਜ਼ ਹੁੰਦਾ ਸੀਗਾ ਉਹ ਪ੍ਰੈਜ਼ੀਡੈਂਟ ਹੁੰਦਾ ਸੀ ਕਮਾਂਡਰ ਇਨ ਚੀਫ ਉਦੋਂ ਸੀਗਾ ਸਰ ਕਲੌਡ ਪੋਕਿਨ ਬੈਕ ਠੀਕ ਹੈ ਬ੍ਰਿਟੇਨ ਦਾ ਸੀਗਾ ਵਾਈਸ ਪ੍ਰੈਜ਼ੀਡੈਂਟ ਕੌਣ ਸੀਗਾ ਇਹ ਚਾਚਾ ਨਹਿਰੂ ਸੀਗਾ ਹੋਮ ਅਫੇਅਰਸ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੋਡਕਾਸਟਿੰਗ ਦਾ ਜਿਹੜਾ ਵੀ ਇਹ ਪੋਰਟਫੋਲੀਓ ਸੀਗਾ ਇਹ ਕਿਹਦੇ ਕੋਲ ਸੀ ਇਹ ਸੀਗਾ ਸਰਦਾਰ ਵੱਲਭ ਭਾਈ ਪਟੇਲ ਕੋਲ ਫੂਡ ਐਂਡ ਐਗਰੀਕਲਚਰ ਮਿਨਿਸਟਰ ਕੌਣ ਸੀਗੇ ਇੰਟਰੀਮ ਗਵਰਨਮੈਂਟ ਦੇ ਵਿੱਚ ਉਹ ਸੀਗੇ ਰਜਿੰਦਰ ਪ੍ਰਸਾਦ ਕਮਰਸ ਮਿਨਿਸਟਰ ਸੀਗੇ ਇਬਰਾਹਿਮ ਇਸਮਾਇਲ ਚੰਡੀਗੜ੍ਹ ਠੀਕ ਹੈ ਇਹ ਮੁਸਲਿਮ ਆਲ ਇੰਡੀਆ ਮੁਸਲਿਮ ਲੀਗ ਦੇ ਵਿੱਚ ਚੁਣ ਕੇ ਆਏ ਸੀਗੇ ਤੇ ਵੱਖੋ ਵੱਖਰੇ ਮਿਨਿਸਟਰ ਹੋਰ ਵੀ ਨੇ ਤੁਸੀਂ ਪੜ੍ਹ ਸਕਦੇ ਹੋ ਜਿਵੇਂ ਕਿ ਡਿਫੈਂਸ ਮਿਨਿਸਟਰ ਬਲਦੇਵ ਸਿੰਘ ਹੁੰਦੇ ਸੀ ਬਟ ਜਿਹੜੀ ਆਹ ਕੈਬਨਿਟ ਹੈ ਨਾ ਇਹ ਤੁਹਾਨੂੰ ਰੱਟੀ ਹੋਣੀ ਚਾਹੀਦੀ ਕਿਉਂ ਕਿਉਂਕਿ ਆਪਣਾ ਦੇਸ਼ ਜਦੋਂ ਆਜ਼ਾਦ ਹੋਇਆ ਸੀ 1947 ਚ ਫਰੀ ਇੰਡੀਆ ਦੀ ਪਹਿਲੀ ਕੈਬਨਿਟ ਸੀਗੀ ਯਾਨੀ ਕਿ ਚਾਚਾ ਨਹਿਰੂ ਦੀ ਸਭ ਤੋਂ ਪਹਿਲੀ ਕੈਬਨਿਟ ਤੇ ਜਿਹੜੇ ਮੈਂਬਰ ਸੀਗੇ ਉਹਨਾਂ ਕੋਲ ਕਿਹੜੇ ਕਿਹੜੇ ਮਹਿਕਮੇ ਸੀਗੇ ਉਹ ਤੁਹਾਨੂੰ ਰੱਟੇ ਹੋਣੇ ਚਾਹੀਦੇ ਨੇ ਜਿਵੇਂ ਪਹਿਲੀ ਗੱਲ ਚਾਚਾ ਨਹਿਰੂ ਕੋਲ ਕਿਹੜਾ ਕਿਹੜਾ ਪੋਰਟਫੋਲੀਓ ਸੀਗਾ ਇੱਕ ਤਾਂ ਇਹ ਪ੍ਰਧਾਨ ਮੰਤਰੀ ਸੀਗੇ ਪ੍ਰਾਈਮ ਮਿਨਿਸਟਰ ਸੀਗੇ ਦੇਸ਼ ਦੇ ਪਹਿਲੇ ਜਿਹਨਾਂ ਨੂੰ ਵਾਇਸਰਾਏ ਨੇ ਸਹੁੰ ਚੁਕਾਈ ਸੀਗੀ ਤੇ ਦੂਸਰਾ ਐਕਸਟਰਨਲ ਅਫੇਅਰਸ ਐਂਡ ਕਾਮਨਵੈਲਥ ਰਿਲੇਸ਼ਨ ਇਹ ਮਹਿਕਮਾ ਇਹਨਾਂ ਕੋਲ ਸੀਗਾ ਸਾਇੰਟੀਫਿਕ ਰਿਸਰਚ ਦਾ ਮਹਿਕਮਾ ਵੀ ਇਹਨਾਂ ਕੋਲ ਸੀ ਸਰਦਾਰ ਪਟੇਲ ਕੋਲ ਹੋਮ ਮਤਲਬ ਜਿਹੜੇ ਆਪਣੇ ਜਿਵੇਂ ਅੱਜ ਦੇ ਸਮੇਂ ਸ਼ਾਹ ਜੀ ਨੇ ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਨੇ ਉਹ ਸਮੇਂ ਗ੍ਰਹਿ ਮੰਤਰੀ ਹੁੰਦੇ ਸੀਗੇ ਸਰਦਾਰ ਪਟੇਲ ਤੇ ਇਨਫੋਰਮੇਸ਼ਨ ਐਂਡ ਬ੍ਰੋਡਕਾਸਟਿੰਗ ਮਿਨਿਸਟਰ ਵੀ ਇਹੀ ਹੁੰਦੇ ਸੀਗੇ ਡਾਕਟਰ ਰਜਿੰਦਰ ਪ੍ਰਸਾਦ ਕੋਲ ਫੂਡ ਐਂਡ ਐਗਰੀਕਲਚਰ ਦਾ ਮਹਿਕਮਾ ਹੁੰਦਾ ਸੀ ਮੌਲਾਨਾ ਅਬੁਲ ਕਲਾਮ ਆਜ਼ਾਦ ਇਹਨਾਂ ਕੋਲ ਐਜੂਕੇਸ਼ਨ ਹੁੰਦੀ ਸੀਗੀ ਤੇ ਇਹਨਾਂ ਦੇ ਸਮੇਂ ਹੀ ਆਈਆਈਟੀਆਂ ਦੇ ਵਿੱਚ ਪਹਿਲੀ ਵਾਰ ਘੁਟਾਲਾ ਹੋਇਆ ਸੀਗਾ ਅਮੀਰ ਖਾਨ ਜਿਹੜੇ ਬਾਲੀਵੁੱਡ ਐਕਟਰ ਨੇ ਉਹਨਾਂ ਦੇ ਇਹ ਦਾਦਾ ਜੀ ਨੇ ਮੌਲਾਨਾ ਅਬੁਲ ਕਲਾਮ ਆਜ਼ਾਦ ਜੀ ਫਿਰ ਡਾਕਟਰ ਜੌਨ ਮਿਥਾਈ ਇਹਨਾਂ ਦਾ ਮਹਿਕਮਾ ਅਕਸਰ ਪੇਪਰ 'ਚ ਪੁੱਛਿਆ ਜਾਂਦਾ ਇਹ ਰੇਲਵੇ ਐਂਡ ਟਰਾਂਸਪੋਰਟ ਮਿਨਿਸਟਰ ਸੀਗੇ ਆਰ ਕੇ ਸ਼ੰਮੂਗਮ ਸ਼ੈਟੀ ਇਹ ਫਾਈਨਾਂਸ ਮਿਨਿਸਟਰ ਸੀਗੇ ਡਾਕਟਰ ਬੀ ਆਰ ਅੰਬੇਦਕਰ ਇਹ ਲਾਅ ਮਿਨਿਸਟਰ ਸੀਗੇ ਜਗਜੀਵਨ ਰਾਮ ਇਹ ਲੇਬਰ ਮਿਨਿਸਟਰ ਸੀਗੇ ਬਲਦੇਵ ਸਿੰਘ ਡਿਫੈਂਸ ਮਿਨਿਸਟਰ ਇਹ ਵੀ ਪੁੱਛਿਆ ਜਾਂਦਾ ਹੁੰਦਾ ਹੈਗਾ ਰਾਜਕੁਮਾਰੀ ਅੰਮ੍ਰਿਤ ਕੌਰ ਇਹ ਹੈਲਥ ਮਿਨਿਸਟਰ ਸੀਗੇ ਬਹੁਤ ਇੰਪੋਰਟੈਂਟ ਹੈ ਸੀ ਐਚ ਬਾਬਾ ਇਹ ਕਮਰਸ ਮਿਨਿਸਟਰ ਸੀਗੇ ਰਫੀ ਅਹਿਮਦ ਕਿਦਵਾਈ ਇਹ ਕਮਿਊਨੀਕੇਸ਼ਨ ਮਿਨਿਸਟਰ ਸੀਗੇ ਡਾਕਟਰ ਸ਼ਾਮ ਪ੍ਰਸਾਦ ਮੁਖਰਜੀ ਇਹ ਪਹਿਲੀ ਇਹ ਇਹਨਾਂ ਦਾ ਨਾਲ ਰਿਲੇਟਡ ਕੁਸਚਨ ਇਹ ਆਉਂਦਾ ਵੀ ਉਹ ਕਿਹੜਾ ਬੰਦਾ ਸੀਗਾ ਜਿਹਨੇ ਪਹਿਲੀ ਵਾਰ ਨਹਿਰੂ ਦੀ ਕੈਬਨਿਟ ਦੇ ਵਿੱਚੋਂ ਰਿਜ਼ਾਈਨ ਕੀਤਾ ਸੀਗਾ ਉਹ ਬੰਦੇ ਦਾ ਨਾਮ ਸੀਗਾ ਡਾਕਟਰ ਸ਼ਾਮ ਪ੍ਰਸਾਦ ਮੁਖਰਜੀ ਇਹਨਾਂ ਕੋਲ ਇੰਡਸਟਰੀਜ਼ ਐਂਡ ਸਪਲਾਈਜ਼ ਦਾ ਮਹਿਕਮਾ ਹੁੰਦਾ ਸੀਗਾ ਸ਼ਾਮ ਪ੍ਰਸਾਦ ਮੁਖਰਜੀ ਨੇ
ਤੇ ਫਿਰ ਆ ਗਏ ਸੀਗੇ ਲਾਸਟ ਵਿੱਚ ਵੀਐਨ ਗਾਡਗਿਲ ਇਹਨਾਂ ਕੋਲ ਵਰਕ ਮਾਈਂਡਸ ਤੇ ਪਾਵਰ ਦਾ ਮਹਿਕਮਾ ਹੁੰਦਾ ਸੀਗਾ ਇਹ ਸਾਰੀ ਕੈਬਨਿਟ ਤੁਹਾਡੀ ਲਿਖੀ ਹੋਣੀ ਚਾਹੀਦੀ ਹੈ ਆਪਣੀ ਨੋਟਬੁੱਕ ਦੇ ਵਿੱਚ ਤੇ ਤੁਹਾਨੂੰ ਰੱਟੀ ਹੋਣੀ ਚਾਹੀਦੀ ਹੈ ਚਲੋ ਭਾਈ ਹੁਣ ਕਨਸਟੀਟਿਊਐਂਟ ਅਸੈਂਬਲੀ ਬਣ ਗਈ ਖਾਸੇ ਕੰਮ ਸੀਗੇ ਇਹਨਾਂ ਦੇ ਇੱਕ ਤਾਂ ਆਰਡੀਨਰੀ ਸਿੰਪਲ ਲਾਜ਼ ਬਣਾਉਣੇ ਸੀਗੇ ਦੇਸ਼ ਨੂੰ ਟੈਂਪਰੇਰੀ ਸਿਰ ਮਤਲਬ ਖੜਾ ਕਰਨ ਦੇ ਲਈ ਚਲਾਉਣ ਦੇ ਲਈ ਦੂਸਰਾ ਸਭ ਤੋਂ ਇੰਪੋਰਟੈਂਟ ਜਿਹੜਾ ਇਸ ਅਸੈਂਬਲੀ ਦਾ ਕੰਮ ਸੀਗਾ ਉਹ ਸੀਗਾ ਆਪਣੇ ਦੇਸ਼ ਦੇ ਸੰਵਿਧਾਨ ਨੂੰ ਬਣਾਉਣਾ ਸੋ 11 ਸੈਸ਼ਨ ਲਏ ਸੀਗੇ ਇਸ ਅਸੈਂਬਲੀ ਨੇ 2 ਸਾਲ 11 ਮਹੀਨੇ 18 ਦਿਨ ਲੱਗ ਗਏ ਸੀਗੇ ਆਪਣੇ ਦੇਸ਼ ਦੇ ਸੰਵਿਧਾਨ ਨੂੰ ਬਣਨ ਲਈ ਲਗਭਗ 60 ਦੇਸ਼ਾਂ ਦੇ ਸੰਵਿਧਾਨ ਨੂੰ ਦੇਖਿਆ ਗਿਆ ਉਹਦੇ ਵਿੱਚੋਂ ਕੋਈ ਇੰਪੋਰਟੈਂਟ ਗੱਲਾਂ ਚੱਕੀਆਂ ਗਈਆਂ ਤੇ ਮੋਡੀਫਾਈ ਕਰਕੇ ਪੇਸ਼ ਕੀਤੀਆਂ ਗਈਆਂ ਤੇ 64 ਲੱਖ ਰੁਪਏ ਦਾ ਖਰਚਾ ਆਇਆ ਸੀਗਾ ਆਪਣੇ ਕਨਸਟੀਟਿਊਸ਼ਨ ਨੂੰ ਬਣਾਉਣ ਲਈ ਅੱਛਾ ਹੁਣ ਇੱਥੇ ਬਹੁਤ ਹੀ ਵਧੀਆ ਕੁਐਸਚਨ ਇੱਕ ਮੰਨਦਾ ਹੈਗਾ ਕੁਐਸਚਨ ਇਹ ਹੈ ਜੀ ਵੀ ਕਨਸਟੀਟਿਊਐਂਟ ਅਸੈਂਬਲੀ ਦੇ ਸੈਸ਼ਨ ਕਿੰਨੇ ਲੱਗੇ ਸੀਗੇ ਤਾਂ ਦੇਖੋ ਉਹਦਾ ਆਨਸਰ ਆਊਗਾ ਜੀ 11 ਸੈਸ਼ਨ ਹੈਗੇ 11 ਸੀਗੇ ਠੀਕ ਹੈ ਇਹ ਗੱਲ ਤੁਸੀਂ ਯਾਦ ਰੱਖਿਓ ਬਟ ਇੱਕ ਸਪੈਸ਼ਲ ਸੈਸ਼ਨ ਲੱਗਿਆ ਸੀਗਾ ਉਹਨੂੰ 12ਵਾਂ ਸੈਸ਼ਨ ਕਹਿੰਦੇ ਨੇ ਉਹ 12ਵਾਂ ਸੈਸ਼ਨ ਲੱਗਿਆ ਸੀਗਾ 24 ਜਨਵਰੀ 1950 ਨੂੰ ਇਹਨਾਂ ਨੂੰ ਇਸ ਇਹ 12ਵੇਂ ਸੈਸ਼ਨ ਨੂੰ ਇਸ 11 ਸੈਸ਼ਨਾਂ ਦੇ ਵਿੱਚ ਗਿਣਦੇ ਨੇ ਠੀਕ ਹੈ ਇਹ ਅਲੱਗ ਤੋਂ ਇੱਕ ਸਪੈਸ਼ਲ ਸੈਸ਼ਨ ਸੀਗਾ ਮੈਂ ਸਪੈਸ਼ਲ ਬ੍ਰੈਕਟ ਦੇ ਵਿੱਚ ਲਿਖਿਆ ਇਹ ਸਪੈਸ਼ਲ ਸੈਸ਼ਨ ਸੀਗਾ ਕਨਸਟੀਟਿਊਐਂਟ ਅਸੈਂਬਲੀ ਦਾ 24 ਜਨਵਰੀ 1950 ਨੂੰ ਇਹ ਸੈਸ਼ਨ ਹੈਲਡ ਹੋਇਆ ਸੀਗਾ ਤੇ ਬਹੁਤ ਹੀ ਇੰਪੋਰਟੈਂਟ ਫੈਸਲੇ ਲਏ ਗਏ ਸੀਗੇ ਇਹ ਸੈਸ਼ਨ ਦੇ ਵਿੱਚ ਜਿਵੇਂ ਇੰਡੀਆ ਨੇ ਕਾਮਨਵੈਲਥ ਜਿਹੜਾ ਗਰੁੱਪ ਹੈਗਾ ਉਹਦੀ ਮੈਂਬਰਸ਼ਿਪ ਨੂੰ ਰੈਟੀਫਾਈ ਕੀਤਾ ਸੀਗਾ ਮਈ 1949 ਨੂੰ ਜਿਹਦੇ ਕਰਕੇ ਚਾਚਾ ਨੇ ਉਹਦਾ ਚੰਗਾ ਖਾਸਾ ਵਿਰੋਧ ਹੋਇਆ ਸੀਗਾ ਲੋਕ ਕਹਿਣ ਲੱਗੇ ਚਾਚਾ ਨੇ ਨੂੰ ਵੀ ਭਾਈ ਆਪਾਂ ਇਸ ਇਹਨਾਂ ਅੰਗਰੇਜ਼ਾਂ ਤੋਂ ਤਾਂ ਆਜ਼ਾਦ ਹੋਏ ਤੁਸੀਂ ਕਾਮਨਵੈਲਥ ਦੀ ਮੈਂਬਰਸ਼ਿਪ ਨੂੰ ਰੈਟੀਫਾਈ ਕਰਕੇ ਦੁਬਾਰਾ ਫੇਰ ਇਹਨਾਂ ਦੇ ਗੁਲਾਮ ਹੋਣ ਜਾ ਰਹੇ ਹੋ ਤਾਂ ਉਦੋਂ ਚਾਚਾ ਨਹਿਰੂ ਨੇ ਇੱਕ ਬਹੁਤ ਹੀ ਵਧੀਆ ਜਵਾਬ ਦਿੱਤਾ ਸੀਗਾ ਜਿਹੜੀ ਗੱਲ ਆਪਣੇ ਪ੍ਰੈਂਬਲ 'ਚ ਲਿਖੀ ਹੋਈ ਹੈ ਸਭ ਤੋਂ ਪਹਿਲਾ ਪੁਆਇੰਟ ਸੋਵਰਨ ਮਤਲਬ ਅਸੀਂ ਆਪਦੇ ਫੈਸਲੇ ਲੈਣ ਦੇ ਵਿੱਚ ਪੂਰੇ ਆਜ਼ਾਦ ਹਾਂਗੇ ਇਹਦਾ ਮਤਲਬ ਇਹ ਨਹੀਂ ਹੈਗਾ ਜੇ ਅਸੀਂ ਕਾਮਨਵੈਲਥ ਜੁਆਇਨ ਕਰ ਲਈ ਅਸੀਂ ਅੰਗਰੇਜ਼ਾਂ ਦੇ ਗੁਲਾਮ ਬਣ ਗਏ ਅਸੀਂ ਕਦੋਂ ਮਰਜ਼ੀ ਇਸ ਕਾਮਨਵੈਲਥ ਨੂੰ ਛੱਡ ਸਕਦੇ ਹਾਂਗੇ ਸੋ ਬਹੁਤ ਹੀ ਵਧੀਆ ਜਵਾਬ ਦਿੱਤਾ ਸੀਗਾ ਚਾਚਾ ਨਹਿਰੂ ਨੇ ਸੋ ਇੰਡੀਆ ਨੇ ਰੈਟੀਫਾਈ ਕੀਤੀ ਸੀਗੀ ਕਾਮਨਵੈਲਥ ਦੀ ਮੈਂਬਰਸ਼ਿਪ ਉਸ ਤੋਂ ਇਲਾਵਾ 22 ਜੁਲਾਈ 1947 ਨੂੰ ਨੈਸ਼ਨਲ ਫਲੈਗ ਅਡੋਪਟ ਕੀਤਾ ਗਿਆ 24 ਜਨਵਰੀ 1950 ਨੂੰ ਨੈਸ਼ਨਲ ਐਂਥਮ ਅਡੋਪਟ ਕੀਤਾ ਗਿਆ ਜਨਗਣਮਨ ਤੇ 24 ਜਨਵਰੀ 1950 ਨੂੰ ਵੀ ਨੈਸ਼ਨਲ ਸੌਂਗ ਅਡੋਪਟ ਕੀਤਾ ਗਿਆ ਕਾਂਸਟੀਟਿਊਐਂਟ ਅਸੈਂਬਲੀ ਦੁਆਰਾ ਤੇ ਇਹ ਸੀਗਾ ਵੰਦੇ ਮਾਤਰਮ ਤੇ ਨੈਸ਼ਨਲ ਐਂਬਲਮ ਕਦੋਂ ਅਡੋਪਟ ਕੀਤਾ ਗਿਆ ਠੀਕ ਹੈ ਇਹ ਕੀਤਾ ਗਿਆ ਸੀਗਾ 26 ਜਨਵਰੀ 1950 ਨੂੰ ਠੀਕ ਹੈ ਛੋਕਾ ਚੱਕਰ ਠੀਕ ਹੈ ਇਹ ਗੱਲ ਤੁਸੀਂ ਯਾਦ ਰੱਖੋ ਇਹ ਜਿਹੜੀਆਂ ਸਾਰੀਆਂ ਤਰੀਕਾਂ ਨੇ ਇਹ ਤੁਹਾਨੂੰ ਰੱਟੀਆਂ ਹੋਣੀਆਂ ਚਾਹੀਦੀਆਂ ਨੇ ਕਿਹੜੀ ਚੀਜ਼ ਕਦੋਂ ਅਡੋਪਟ ਹੋਈ ਇਹ ਪੇਪਰ 'ਚ ਪੁੱਛਿਆ ਜਾਣ ਵਾਲਾ ਸਭ ਤੋਂ ਫੇਵਰੇਟ ਕੁਐਸਚਨ ਹੈਗਾ ਤੇ ਹੁਣ ਆਪਾਂ ਟੌਪਿਕ ਤੋਂ ਥੋੜ੍ਹਾ ਜਿਹਾ ਡਾਈਵਰਟ ਹੁੰਦੇ ਹੋਏ ਕੁਝ ਕੁ ਤੁਹਾਨੂੰ ਐਕਸਟਰਾ ਗੱਲਾਂ ਦੱਸਦਾ ਮੈਂ ਨੈਸ਼ਨਲ ਸੌਂਗ ਤੇ ਨੈਸ਼ਨਲ ਐਂਥਮ ਬਾਰੇ ਸੋ ਸਭ ਤੋਂ ਪਹਿਲਾਂ ਨੈਸ਼ਨਲ ਸੌਂਗ ਦੀ ਗੱਲ ਕਰਦੇ ਹਾਂ ਵੰਦੇ ਮਾਤਰਮ ਦੀ ਇਹਨੂੰ ਲਿਖਿਆ ਸੀਗਾ ਬੰਕਿਮ ਚੰਦਰ ਚੈਟਰਜੀ ਨੇ ਇਸ ਸੌਂਗ ਨੂੰ ਬੇਸਿਕਲੀ ਨੈਸ਼ਨਲ ਸੌਂਗ ਦਾ 1937 'ਚ ਹੀ ਡਿਕਲੇਅਰ ਕੀਤਾ ਗਿਆ ਸੀਗਾ ਕਾਂਗਰਸ ਵਰਕਿੰਗ ਕਮੇਟੀ ਦੁਆਰਾ ਇਹਨੂੰ ਅਡੋਪਟ ਕੀਤਾ ਗਿਆ ਸੀਗਾ 24 ਜਨਵਰੀ 1950 ਨੂੰ ਇਹ ਗੱਲ ਤੁਸੀਂ ਯਾਦ ਰੱਖਿਓ ਇਹਨੂੰ ਨੈਸ਼ਨਲ ਸੌਂਗ ਡਿਕਲੇਅਰ ਤਾਂ 1937 'ਚ ਹੀ ਕਰ ਦਿੱਤਾ ਗਿਆ ਸੀ ਤੇ ਇਹ ਲਿਖਿਆ ਕਿਹਦੇ 'ਚ ਗਿਆ ਸੀ ਬੇਸਿਕਲੀ 1870 ਦੇ ਦੌਰ ਦੇ ਵਿੱਚ ਨੋਵਲ ਸੀਗਾ ਬੰਕਿਮ ਚੰਦਰ ਚੈਟਰਜੀ ਦਾ ਆਨੰਦ ਮੱਠ 1881 ਦੇ ਵਿੱਚ ਇਹ ਨੋਵਲ ਪਬਲਿਸ਼ ਹੋਇਆ ਬੰਗਾਲੀ ਲੈਂਗੁਏਜ ਦੇ ਵਿੱਚ ਓਰੀਜਨਲੀ ਲਿਖਿਆ ਗਿਆ ਸੀਗਾ ਨੈਸ਼ਨਲ ਇਹ ਸੌਂਗ ਵੰਦੇ ਮਾਤਰਮ ਇਹ ਇਸੇ ਆਨੰਦ ਮੱਠ ਦਾ ਹੀ ਪਾਰਟ ਹੈ ਤੇ ਇਸ ਪੂਰਾ ਜਿਹੜਾ ਸੌਂਗ ਹੈਗਾ ਵੰਦੇ ਮਾਤਰਮ ਇਹ ਸਾਰੇ ਦਾ ਸਾਰਾ ਸੌਂਗ ਆਪਾਂ ਨੇ ਅਡੋਪਟ ਨਹੀਂ ਕੀਤਾ ਇਹਦੇ ਪਹਿਲੇ ਸਿਰਫ ਦੋ ਸਟੈਂਜ਼ਾ ਹੀ ਕਾਂਸਟੀਟਿਊਐਂਟ ਅਸੈਂਬਲੀ ਦੁਆਰਾ ਅਡੋਪਟ ਕੀਤੇ ਗਏ ਨੇ ਐਜ਼ ਏ ਨੈਸ਼ਨਲ ਸੌਂਗ ਤੇ ਇਹਨੂੰ ਸਭ ਤੋਂ ਪਹਿਲੀ ਵਾਰ ਕਿੱਥੇ ਗਾਇਆ ਗਿਆ ਨੈਸ਼ਨਲ ਸੌਂਗ ਨੂੰ ਉਹ ਗਾਇਆ ਗਿਆ ਸੀਗਾ 1896 ਦੇ ਵਿੱਚ ਕਿੱਥੇ ਕਲਕੱਤਾ ਵਿਖੇ ਕਾਂਗਰਸ ਦਾ ਸੈਸ਼ਨ ਚੱਲ ਰਿਹਾ ਸੀ 1896 ਦੇ ਵਿੱਚ ਕਿਹਦੇ ਦੁਆਰਾ ਗਾਇਆ ਗਿਆ ਉਸ ਕਲਕੱਤਾ ਜਿਹੜਾ ਕਾਂਗਰਸ ਦਾ ਸੈਸ਼ਨ ਸੀ ਉਹ ਸੀਗੇ ਰਵਿੰਦਰ ਨਾਥ ਟੈਗੋਰ ਜੀ ਤੇ ਹੁਣ ਮੈਂ ਤੁਹਾਡੇ ਸਾਰਿਆਂ ਦਾ ਕੁਐਸਚਨ ਇਹ ਪੁੱਛਣਾ ਚਾਹੁੰਦਾ ਜੀ ਮੈਨੂੰ ਇਹ ਦੱਸੋ 1896 ਦੇ ਵਿੱਚ ਜਿਹੜਾ ਕਾਂਗਰਸ ਦਾ ਸੈਸ਼ਨ ਸੀਗਾ ਉਹ ਕਿਹੜੇ ਬੰਦੇ ਨੇ ਪ੍ਰਿਸਾਈਡ ਕੀਤਾ ਸੀ ਬਹੁਤ ਇੰਪੋਰਟੈਂਟ ਕੁਐਸਚਨ ਹੈਗਾ UPSC 'ਚ ਇਹ ਕੁਐਸਚਨ ਆਇਆ ਹੈ ਕਿਉਂ ਇੰਪੋਰਟੈਂਟ ਹੈ ਕਿਉਂਕਿ ਮੁਸਲਿਮ ਸੀਗਾ ਉਹ ਬੰਦਾ ਜਿਹਨੇ ਇਹ ਸੈਸ਼ਨ ਨੂੰ ਪ੍ਰਿਸਾਈਡ ਕੀਤਾ ਸੀਗਾ ਉਹ ਬੰਦੇ ਦਾ ਨਾਮ ਲਿਖੋ ਤੇ ਨੈਸ਼ਨਲ ਐਂਥਮ ਦੀ ਗੱਲ ਕਰਦਾ ਜਨ ਗਣ ਮਨ ਦੀ ਗੱਲ ਕਰਦਾ ਤਾਂ ਇਹਨੂੰ ਲਿਖਿਆ ਸੀਗਾ ਰਵਿੰਦਰ ਨਾਥ ਟੈਗੋਰ ਜੀ ਨੇ ਨੋਬਲ ਲਿਟਰੇਟ ਸੀਗੇ ਤੇ ਇਹ ਲਿਖਿਆ ਸੀਗਾ 20ਵੀਂ ਸੈਂਚਰੀ ਦੇ ਪਹਿਲੇ ਡੈਕੇਡ ਦੇ ਵਿੱਚ 1900 ਤੋਂ ਲੈ ਕੇ 1910 ਦੇ ਜਿਹੜਾ ਦੌਰ ਸੀਗਾ ਉਹਦੇ ਵਿੱਚ ਲਿਖਿਆ ਗਿਆ ਸੀ ਤੇ ਇਹਨੂੰ ਸਭ ਤੋਂ ਪਹਿਲੀ ਵਾਰ ਗਾਇਆ ਗਿਆ ਸੀਗਾ ਕਲਕੱਤਾ ਵਿਖੇ ਹੀ ਕਦੋਂ 27 ਦਸੰਬਰ 1911 ਨੂੰ ਕਿਹਦੇ ਦੁਆਰਾ ਗਿਆ ਸੀਗਾ ਰਵਿੰਦਰ ਨਾਥ ਟੈਗੋਰ ਜੀ ਦੁਆਰਾ ਹੀ ਗਾਇਆ ਗਿਆ ਸੀ ਬੇਸਿਕਲ ਜਿਹੜਾ ਇਹ ਜਨਗਣ ਮਨ ਹੈਗਾ ਇਹ ਅੱਜ ਦੇ ਸਮੇਂ ਤਾਂ ਇਹ ਸਿਰਫ ਜਿਹੜਾ ਓਰੀਜਨਲ ਵਰਜਨ ਸੀਗਾ ਜਨਗਣ ਮਨ ਦਾ ਨੈਸ਼ਨਲ ਐਂਥਮ ਦਾ ਉਹਦਾ ਸਿਰਫ ਇੱਕੋ ਹੀ ਸਟੈਂਸ ਹੈਗਾ ਤੇ ਇਹ ਲਿਖਿਆ ਗਿਆ ਸੀਗਾ ਬ੍ਰਹਮੋਹਾਇਮ ਦੇ ਵਿੱਚ ਠੀਕ ਹੈ ਇਹ ਉਦੋਂ ਬੰਗਾਲੀ ਸੰਸਕ੍ਰਿਤ ਬੰਗਾਲੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀਗਾ ਨੈਸ਼ਨਲ ਐਂਥਮ ਓਰੀਜਨਲ ਤੇ ਇੱਕ ਮਤਲਬ ਇਹ ਬ੍ਰਹਮੋਹਾਇਮ ਸੀਗੀ ਉਹਦੇ ਚੋਂ ਹੀ ਇਹ ਚੱਕਿਆ ਗਿਆ ਤੇ ਪਹਿਲੀ ਵਾਰ ਇਹ ਪਬਲਿਸ਼ ਕੀਤਾ ਗਿਆ ਸੀਗਾ ਅੰਡਰ ਦਾ ਟਾਈਟਲ ਭਾਰਤ ਵਿਦਾਤਾ ਤੇ ਇਹ ਪਬਲਿਸ਼ ਹੋਇਆ ਸੀਗਾ ਤਤਵ ਬੋਧਨੀ ਪੱਤਰਿਕਾ ਦੇ ਵਿੱਚ 1912 ਦੇ ਵਿੱਚ ਜਨਵਰੀ 1912 ਦੇ ਵਿੱਚ ਇਹ ਕੁਝ ਕੁ ਫੈਕਟ ਸੀਗੇ ਜੀ ਨੈਸ਼ਨਲ ਸੌਂਗ ਤੇ ਨੈਸ਼ਨਲ ਐਂਥਮ ਦੇ ਨਾਲ ਰਿਲੇਟਡ ਆਪਾਂ
ਮਤਲਬ ਟੌਪਿਕ ਤੋਂ ਥੋੜਾ ਡਾਈਵਰਟ ਹੋ ਕੇ ਡਿਸਕਸ ਕਰ ਲਏ ਕਿਉਂਕਿ ਇਹਨਾਂ ਚੋਂ ਵੀ ਕੁਐਸਚਨ ਆਉਂਦਾ ਹੁੰਦਾ। ਫਿਰ ਆਪਾਂ ਅੱਗੇ ਚੱਲਦੇ ਹਾਂ ਜੀ। ਹੁਣ ਭਾਈ ਜਿਹੜੀ ਕੰਸਟੀਟਿਊਟ ਅਸੈਂਬਲੀ ਸੀ, ਕੰਮ ਤਾਂ ਇਹਨਾਂ ਦੇ ਕਈ ਸੀਗੇ ਆਪਾਂ ਨੂੰ ਪਤਾ ਲੱਗ ਗਿਆ, ਤੇ ਸਭ ਤੋਂ ਜ਼ਰੂਰੀ ਕੰਮ ਕੀ ਸੀਗਾ? ਉਹ ਸੀਗਾ ਜਿਹੜਾ ਆਪਣਾ ਸੰਵਿਧਾਨ ਹੈ ਇਹਨੂੰ ਬਣਾਉਣਾ। ਸਭ ਤੋਂ ਜ਼ਰੂਰੀ ਸਮੇਂ ਦੀ ਡਿਮਾਂਡ ਸੀਗੀ ਉਸ ਸਮੇਂ। ਸੋ ਸੰਵਿਧਾਨ ਨੂੰ ਬਣਾਉਣ ਦੇ ਲਈ ਵੱਖੋ ਵੱਖਰੀਆਂ ਕਮੇਟੀਆਂ ਬਣਾਈਆਂ ਗਈਆਂ ਭਾਈ, ਤੇ ਉਹ ਕਿਹੜੀਆਂ ਕਮੇਟੀਆਂ ਨੇ ਉਹਨਾਂ ਦੇ ਬਾਰੇ ਆਪਾਂ ਨੂੰ ਪੜ੍ਹਨਾ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਸੋ 8 ਮੇਜਰ ਕਮੇਟੀਆਂ ਬਣਾਈਆਂ ਗਈਆਂ ਸੀਗੀਆਂ, ਇਹਨਾਂ ਬਾਰੇ ਤਾਂ ਆਪਾਂ ਜ਼ਰੂਰ ਪੜ੍ਹਨਾ ਹੈ, ਤੇ 15 ਮਾਈਨਰ ਕਮੇਟੀਆਂ ਸੀਗੀਆਂ। ਇਹ ਬਸ ਤੁਹਾਨੂੰ ਇੰਨਾ ਪਤਾ ਹੋਣਾ ਚਾਹੀਦਾ ਵੀ ਮਾਈਨਰ ਕਮੇਟੀਆਂ ਕਿੰਨੀਆਂ ਸੀਗੀਆਂ, ਉਹ ਸੀਗੀਆਂ 15। ਸੋ ਮੇਜਰ ਕਮੇਟੀਆਂ ਕਿਹੜੀਆਂ ਸੀਗੀਆਂ ਜਿਨ੍ਹਾਂ ਨੇ ਸੰਵਿਧਾਨ ਦੇ ਨਾਲ ਡੀਲ ਕਰਨਾ ਸੀਗਾ, ਮੇਕਿੰਗ ਆਫ ਕਨਸਟੀਟਿਊਸ਼ਨ ਦੇ ਨਾਲ ਜਿਨ੍ਹਾਂ ਡੀਲ ਕਰਨਾ ਸੀ? ਸਭ ਤੋਂ ਪਹਿਲੀ ਸੀਗੀ ਯੂਨੀਅਨ ਪਾਵਰ ਕਮੇਟੀ, ਕੇਂਦਰ ਕੋਲ ਕਿਹੜੀ ਕਿਹੜੀ ਪਾਵਰਾਂ ਹੋਣੇ ਚਾਹੀਦੇ ਨੇ, ਅੱਗੇ ਜਾ ਕਿਹੜੇ ਲਿਸਟਾਂ ਦੇ ਵਿੱਚ ਵੰਡੀਆਂ ਗਈਆਂ ਸੀਗੀਆਂ, ਉਸ ਕਮੇਟੀ ਦੇ ਹੈੱਡ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦੇ ਨੇ, ਇਹ ਪੇਪਰ 'ਚ ਪੁੱਛੇ ਜਾਂਦੇ ਹੁੰਦੇ ਨੇ। ਸੋ ਯੂਨੀਅਨ ਪਾਵਰ ਕਮੇਟੀ ਦਾ ਹੈੱਡ ਸੀਗੇ ਚਾਚਾ ਨਹਿਰੂ, ਜਵਾਹਰ ਲਾਲ ਨਹਿਰੂ ਜੀ। ਯੂਨੀਅਨ ਕਨਸਟੀਟਿਊਸ਼ਨ ਕਮੇਟੀ ਦੇ ਹੈੱਡ ਕੌਣ ਸੀਗੇ? ਉਹ ਸੀਗੇ ਜਵਾਹਰ ਲਾਲ ਨਹਿਰੂ ਜੀ ਹੀ। ਪ੍ਰੋਵਿੰਸ਼ੀਅਲ ਕਨਸਟੀਟਿਊਸ਼ਨ ਕਮੇਟੀ ਦੇ ਹੈੱਡ ਕੌਣ ਸੀਗੇ? ਇਹ ਸੀਗੇ ਸਰਦਾਰ ਵੱਲਭ ਭਾਈ ਪਟੇਲ। ਡਰਾਫਟਿੰਗ ਕਮੇਟੀ ਦੇ ਹੈੱਡ ਕੌਣ ਸੀਗੇ? ਤੁਹਾਨੂੰ ਸਾਰਿਆਂ ਨੂੰ ਪਤਾ, ਉਹ ਸੀਗੇ ਬੀ ਆਰ ਅੰਬੇਦਕਰ ਜੀ। ਰੂਲਸ ਆਫ ਪ੍ਰੋਸੀਜਰ ਕਮੇਟੀ ਦੇ ਹੈੱਡ ਕੌਣ ਸੀਗੇ? ਡਾਕਟਰ ਰਜਿੰਦਰ ਪ੍ਰਸਾਦ। ਆਪਾਂ ਪੜ੍ਹਦੇ ਹੁੰਦੇ ਵੀ ਲੋਕ ਸਭਾ ਦੇ ਵਿੱਚ ਇੱਕ ਬਿਜ਼ਨਸ ਰੂਲਸ ਹੁੰਦੇ ਨੇ ਨਾ, ਰੂਲਸ ਆਫ ਪ੍ਰੋਸੀਜਰ ਆਫ ਲੋਕ ਸਭਾ, ਰੂਲਸ ਆਫ ਪ੍ਰੋਸੀਜਰ ਆਫ ਰਾਜ ਸਭਾ, ਉਹ ਵੀ ਕਿਹੜੀ ਚੀਜ਼ ਲੋਕ ਸਭਾ ਦੇ ਕਿਹੜੇ ਰੂਲ ਦੇ ਵਿੱਚ ਲਿਖੀ ਹੋਈ, ਆਪਾਂ ਅੱਜ ਦੇ ਸਮੇਂ ਪੜ੍ਹਦੇ ਹਾਂ ਚੀਜ਼ਾਂ। ਸੋ ਉਸ ਚੀਜ਼ ਦਾ ਜਿਹੜਾ ਜਿੰਮਾ ਸੀਗਾ ਉਹ ਡਾਕਟਰ ਰਜਿੰਦਰ ਪ੍ਰਸਾਦ ਕੋਲ ਸੀਗੇ, ਇਹ ਉਸ ਕਮੇਟੀ ਦੇ ਹੈੱਡ ਸੀਗੇ। ਫਿਰ ਆ ਗਈ ਸਟੇਟਸ ਕਮੇਟੀ, ਜਿਵੇਂ ਕਿ ਦੇਖੋ ਸੰਵਿਧਾਨ ਦੇ ਵਿੱਚ ਸਟੇਟਾਂ ਦਾ ਜ਼ਿਕਰ ਵੀ ਹੁੰਦਾ, ਸੋ ਵੱਖੋ ਵੱਖਰੇ ਸਟੇਟਾਂ ਦੇ ਨਾਲ ਨੈਗੋਸ਼ੀਏਸ਼ਨ ਕਰਨੀ, ਉਸ ਕਮੇਟੀ ਦਾ ਹੈੱਡ ਕਿਹਨੂੰ ਬਣਾਇਆ ਗਿਆ? ਉਸ ਕਮੇਟੀ ਦਾ ਹੈੱਡ ਬਣਾਇਆ ਗਿਆ ਸੀਗਾ ਜਵਾਹਰ ਲਾਲ ਨਹਿਰੂ ਨੂੰ, ਇੱਥੇ ਸਰਦਾਰ ਪਟੇਲ ਨੂੰ ਆਇਆ। ਸਟੇਟਸ ਕਮੇਟੀ ਦੇ ਹੈੱਡ ਸੀਗੇ ਜਵਾਹਰ ਲਾਲ ਨਹਿਰੂ ਜੀ, ਤੇ ਸਟੀਅਰਿੰਗ ਕਮੇਟੀ ਦੇ ਹੈੱਡ ਸੀਗੇ ਰਜਿੰਦਰ ਪ੍ਰਸਾਦ। 7 ਕਮੇਟੀਆਂ ਹੋ ਗਿਆ, ਤੇ 8ਵੀਂ ਕਮੇਟੀ ਸੀਗੀ ਐਡਵਾਈਜ਼ਰੀ ਕਮੇਟੀ, ਇਹਦੇ ਹੈੱਡ ਸੀਗੇ ਸਰਦਾਰ ਵੱਲਭ ਭਾਈ ਪਟੇਲ। ਇਸ ਕਮੇਟੀ ਦੇ ਵਿੱਚ ਕਾਫੀ ਕੁਝ ਸੀਗਾ ਜਿਵੇਂ ਕਿ ਐਡਵਾਈਜ਼ਰੀ ਕਮੇਟੀ ਔਨ ਫੰਡਾਮੈਂਟਲ ਰਾਈਟਸ, ਐਡਵਾਈਜ਼ਰੀ ਕਮੇਟੀ ਔਨ ਮਾਈਨੋਰਟੀਜ਼, ਟ੍ਰਾਈਬਲ ਲੋਕਾਂ ਦੇ ਉੱਪਰ ਐਡਵਾਈਜ਼ਰੀ ਕਮੇਟੀ ਸੀਗੀ। ਸੋ ਓਵਰਆਲ ਇਸ ਐਡਵਾਈਜ਼ਰੀ ਕਮੇਟੀ ਦਾ ਹੈੱਡ ਸੀਗਾ ਸਰਦਾਰ ਪਟੇਲ। ਤੇ ਇਸ ਐਡਵਾਈਜ਼ਰੀ ਕਮੇਟੀ ਦੇ ਅੰਦਰ ਹੀ ਦੋ ਸਭ, ਵੈਸੇ 4 ਕਮੇਟੀਆਂ ਸੀਗੀਆਂ ਬਟ ਆਪਾਂ ਨੇ ਦੋ ਡਿਸਕਸ ਕਰ ਰਹੇ ਨੇ ਸਭ ਤੋਂ ਇੰਪੋਰਟੈਂਟ ਕਮੇਟੀਜ਼। ਉਹ ਸੀਗੀ ਸਭ ਤੋਂ ਪਹਿਲੀ ਫੰਡਾਮੈਂਟਲ ਰਾਈਟਸ ਕਮੇਟੀ, ਇਹਦੇ ਹੈੱਡ ਸੀਗੇ ਜੇਪੀ ਕ੍ਰਿਪਲਾਨੀ ਜੀ। ਇਹ ਉਹੀ ਬੰਦਾ ਜਿਹਨੇ ਸਭ ਤੋਂ ਪਹਿਲੀ ਵਾਰ ਲੋਕ ਸਭਾ ਦੇ ਵਿੱਚ ਨੋ ਕੌਨਫੀਡੈਂਸ ਮੋਸ਼ਨ ਪੇਸ਼ ਕੀਤਾ ਸੀਗਾ। ਦੂਸਰੇ ਆ ਗਈ ਮਾਈਨੋਰਟੀਜ਼ ਕਮੇਟੀ, ਇਹਦੇ ਹੈੱਡ ਸੀਗੇ ਐਚ ਸੀ ਮੁਖਰਜੀ। ਇਹ ਸਾਰੇ ਦੇ ਸਾਰੇ ਮੈਂਬਰ, ਸਾਰੇ ਹੈੱਡ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਫਿਰ ਸਭ ਤੋਂ ਇੰਪੋਰਟੈਂਟ ਕਮੇਟੀ ਆ ਗਈ ਸੀਗੀ ਭਾਈ ਡਰਾਫਟਿੰਗ ਕਮੇਟੀ। ਦੇਖੋ ਸੰਵਿਧਾਨ ਬਣਾਉਣਾ, ਠੀਕ ਹੈ, ਕਿਹੜੇ ਬੰਦੇ ਨੂੰ ਜ਼ੁੰਮਾ ਦੇਣਾ ਸੰਵਿਧਾਨ ਬਣਾਉਣ ਦਾ, ਤਾਂ ਉਹ ਸਭ ਤੋਂ ਇੰਪੋਰਟੈਂਟ ਉਸ ਸਮੇਂ ਦਾ ਲਿਆ ਜਾਣ ਵਾਲਾ ਫੈਸਲਾ ਸੀਗਾ। ਤੇ ਕਿਹਨੂੰ ਚੁਣਿਆ ਗਿਆ ਸੰਵਿਧਾਨ ਬਣਾਉਣ ਦੇ ਲਈ? ਉਹ ਚੁਣਿਆ ਗਿਆ ਸੀਗਾ ਡਾਕਟਰ ਬੀ ਆਰ ਅੰਬੇਦਕਰ। ਹੁਣ ਬੀ ਆਰ ਅੰਬੇਦਕਰ ਦੀ ਤਾਂ ਭਾਈ ਕਾਂਗਰਸ ਨਾਲ ਬਣਦੀ ਸੀ, ਕਾਫੀ ਰੇੜਕਾ ਪੈ ਗਿਆ। ਸੋ ਇਹਨਾਂ ਨੂੰ ਮਿੰਨਤ ਤਰਲੇ ਕਰਕੇ ਬੀ ਆਰ ਅੰਬੇਦਕਰ ਸਾਹਿਬ ਦੇ ਮਸਾਂ ਇਹਨਾਂ ਨੂੰ ਬਣਾਇਆ ਗਿਆ ਵੀ ਦੇਸ਼ ਦਾ ਸੰਵਿਧਾਨ ਬਣਾਓ, ਕਿਉਂਕਿ ਤੁਸੀਂ ਬਹੁਤ ਪੜ੍ਹੇ ਲਿਖੇ ਹੋ ਜੀ, ਤੁਹਾਡੀ ਜ਼ਿੰਮੇਵਾਰੀ ਬਹੁਤ ਵੱਡੀ ਹੈ ਦੇਸ਼ ਦੇ ਪ੍ਰਤੀ। ਤੇ ਕਾਫੀ ਇਹਨਾਂ ਨੇ ਮਿੰਨਤਾਂ ਤਰਲਾ ਕਰੀਆਂ ਕਰੇ ਇਹਨਾਂ ਦੇ ਅੱਗੇ। ਤੇ ਫਿਰ ਅਖੀਰ ਬੀ ਆਰ ਅੰਬੇਦਕਰ ਸਾਹਿਬ ਮੰਨ ਗਏ ਸੀਗੇ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਮੈਂਬਰ ਦੇ, ਮਤਲਬ ਚੇਅਰਮੈਨ ਮੰਨ ਲਈ। ਤੇ ਇਹਨਾਂ ਨੇ ਅੱਗੇ ਆਪਣੇ ਮੈਂਬਰਸ ਦੇ ਨਾਲ ਮਿਲ ਕੇ ਜਿਹੜਾ ਇਹ ਸੰਵਿਧਾਨ ਸੀਗਾ ਇਹਦਾ ਡਰਾਫਟ ਤਿਆਰ ਕੀਤਾ ਸੀ। ਤੇ ਉਸ ਸਮੇਂ ਦਾ ਇੱਕ ਵੀਡੀਓ ਕਲਿੱਪ ਮਤਲਬ ਬਣਾਇਆ ਗਿਆ, ਫਿਲਮਾਇਆ ਗਿਆ, ਉਹ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਵੀ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੂੰ ਕਿਵੇਂ ਮਨਾਇਆ ਗਿਆ ਸੀਗਾ, ਤੁਸੀਂ ਖੁਦ ਦੇਖ ਸਕਦੇ ਹੋ। ਆਪ ਸਵੀਕਾਰ ਕਰੇਂਗੇ 20 ਸਾਲ ਜ਼ਹਿਰ ਗਲਨੇ ਕੇ ਬਾਅਦ ਕਾਂਗਰਸ ਮੁਝੇ ਸੰਵਿਧਾਨ ਸਭਾ ਕਾ ਵਾਰਸ ਆਪਣਾ ਚਾਹਤੀ ਹੈ, ਕਿਆ ਆਪਕੇ ਲੋਗ ਮੁਝੇ ਚੈਨ ਸੇ ਕਾਮ ਕਰਨੇ ਦੇਂਗੇ? ਦੇਸ਼ ਆਜ ਬਹੁਤ ਹੀ ਕਠਿਨ ਪਰਿਸਥਿਤੀ ਮੇਂ ਸੇ ਗੁਜ਼ਰ ਰਹਾ ਹੈ, ਉਸੇ ਆਪਕੀ ਜ਼ਰੂਰਤ ਹੈ। ਸਾਰੇ ਲੋਗ, ਯਹਾਂ ਤੱਕ ਕਿ ਸਭੀ ਰਾਜਨੈਤਿਕ ਪਾਰਟੀਆਂ ਵੀ ਨਏ ਭਾਰਤ ਕੇ ਨਿਰਮਾਣ ਮੇਂ ਸਹਿਯੋਗ ਦੇਂਗੇ। ਮਿਸਟਰ ਪਾਟਿਲ, ਕਿਆ ਆਪਨੇ ਮਿਸਟਰ ਗਾਂਧੀ ਸੇ ਰਾਏ ਲੀ? ਹਾਂ, ਬਾਪੂ ਕੋ ਕੋਈ ਇਤਰਾਜ ਨਹੀਂ, ਸਰਦਾਰ ਪਟੇਲ ਜੀ ਜਵਾਨ ਨੇ ਵੀ ਹਾਂ ਕਹਿ ਦੀ, ਔਰ ਰਾਜਿੰਦਰ ਪ੍ਰਸਾਦ ਵੀ ਆਪਕੇ ਲਈ ਉਤਸੁਕ ਹੈ। ਬਹੁਤ ਖੁਸ਼ੀ ਹੋਈ ਹੈ ਜਾਣਕਰ। ਚਲੀਏ, ਆਪਨੇ ਵੀ ਮਹਿਸੂਸ ਕੀਆ ਕਿ ਰਾਸ਼ਟਰਵਾਦੀ ਰਹਾ ਜਾ ਸਕਤਾ ਹੈ, ਕਾਂਗਰਸ ਮੇਂ ਨਾ ਰਹਤੇ ਹੋ ਵੀ। ਸੋ ਕਾਫੀ ਮਿੰਨਤ ਧਰਲੇ ਤੋਂ ਬਾਅਦ ਅਖੀਰ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਮੰਨ ਗਏ ਜੀ ਸੰਵਿਧਾਨ ਨੂੰ ਬਣਾਉਣ ਦੇ ਲਈ। ਤੇ ਡਰਾਫਟਿੰਗ ਕਮੇਟੀ ਕਦੋਂ ਬਣੀ ਸੀਗੀ, ਕਦੋਂ ਸੈਟਅਪ ਕੀਤੀ ਗਈ? ਫਿਰ 29 ਅਗਸਤ 1947 ਨੂੰ, ਇਹ ਡੇਟ ਨਾ ਭੁੱਲਿਓ ਜੀ, 29 ਅਗਸਤ 1947 ਨੂੰ ਡਰਾਫਟਿੰਗ ਕਮੇਟੀ ਬਣ ਗਈ ਸੀਗੀ। ਤੇ ਸਭ ਤੋਂ ਜ਼ਰੂਰੀ ਜ਼ਿੰਮਾ ਸੀਗਾ ਇਸ ਕਮੇਟੀ ਦਾ ਆਪਣੇ ਸੰਵਿਧਾਨ ਨੂੰ ਬਣਾਉਣਾ। ਤੇ ਇਹਦੇ ਕਿੰਨੇ ਮੈਂਬਰ ਨੇਗੇ, ਉਹ ਮੈਂਬਰ ਦੇ ਨਾਮ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਸੋ ਸਭ ਤੋਂ ਪਹਿਲਾਂ ਇਹਦੇ ਚੇਅਰਮੈਨ ਸੀਗੇ ਡਾਕਟਰ ਬੀ ਆਰ ਅੰਬੇਦਕਰ, ਦੂਸਰੇ ਮੈਂਬਰ ਸੀਗੇ ਐਨ ਗੋਪਾਲਾ ਸਵਾਮੀ ਅਯੰਗਰ, ਫਿਰ ਸੀਗੇ ਅੱਲਾ ਦੀ ਕ੍ਰਿਸ਼ਨ ਸਵਾਮੀ ਅਯਰ, ਫਿਰ ਸੀਗੇ ਡਾਕਟਰ ਕੇ ਐਮ ਮੁਨਸ਼ੀ, ਫਿਰ ਸੀਗੇ ਸੈਯਦ ਮੁਹੰਮਦ ਸਦਦੁੱਲਾ, ਫਿਰ ਸੀਗੇ ਬੀ ਐਲ ਮਿੱਤਰ। ਇਹ ਬੀ ਐਲ ਮਿੱਤਰ ਨੇ ਬਾਅਦ ਚੋਂ ਇਸ ਕਮੇਟੀ ਚੋਂ ਰਿਜਾਇਨ ਕਰਤਾ ਸੀਗਾ ਕਿਉਂਕਿ ਇਹ ਬਿਮਾਰ ਹੋ ਗਏ ਸੀ। ਫਿਰ ਇਹਨਾਂ ਦੀ ਜਗ੍ਹਾ ਲਈ ਸੀਗੇ ਐਨ ਮਾਧਵ ਰਾਓ ਨੇ।
ਫਿਰ ਅਗਲੇ ਮੈਂਬਰ ਸੀਗੇ ਡੀ ਪੀ ਖੇਤਾਨ, ਇਹਨਾਂ ਦੀ 1948 ਚ ਹੋ ਗਈ ਸੀਗੀ ਡੈਥ, ਫਿਰ ਡੀ ਪੀ ਖੇਤਾਨ ਸਾਹਿਬ ਨੂੰ ਰਿਪਲੇਸ ਕੀਤਾ ਸੀਗਾ ਟੀ ਟੀ ਕ੍ਰਿਸ਼ਨ ਮਚਾਰੀ ਜੀ ਨੇ। ਸੋ ਇਹ ਮੈਂਬਰ ਸੀਗੇ, ਇਹਨਾਂ ਸਾਰਿਆਂ ਨੇ ਮਿਲ ਕੇ ਡਰਾਫਟ ਤਿਆਰ ਕੀਤਾ ਸੀਗਾ ਆਪਣੇ ਸੰਵਿਧਾਨ ਦਾ, ਤੇ ਸਭ ਤੋਂ ਪਹਿਲਾਂ ਡਰਾਫਟ ਤਿਆਰ ਹੋ ਗਿਆ ਜੀ, ਤੇ ਉਹ ਪਬਲਿਸ਼ ਹੋਇਆ ਸੀਗਾ ਫਰਵਰੀ 1948 ਨੂੰ। ਤੇ ਉਦੋਂ ਨਾ ਲੋਕਾਂ ਤੋਂ ਰਾਏ ਲੈਣੀ ਬਹੁਤ ਜ਼ਰੂਰੀ ਸੀ, ਕਿਉਂ? ਕਿਉਂਕਿ ਆਪਣਾ ਜਿਹੜਾ ਪ੍ਰੈਂਬਲ ਹੈ, ਆਪਣਾ ਪ੍ਰੈਂਬਲ ਬਾਰੇ ਜਦੋਂ ਆਪਾਂ ਪੜ੍ਹਦੇ ਉਹਦੇ ਵਿੱਚ ਕੀ ਚੀਜ਼ ਲਿਖੀ ਹੈ, ਵੀ ਦਾ ਪੀਪਲ ਆਫ ਇੰਡੀਆ, ਯਾਨੀ ਕਿ ਜਿਹੜਾ ਸੰਵਿਧਾਨ ਹੈਗਾ ਆਪਣਾ, ਉਹ ਪਾਵਰ ਆਪਦੀ ਪਾਵਰ ਕਿੱਥੋਂ ਲੈ ਰਿਹਾ, ਉਹ ਆਪਣੇ ਲੋਕਾਂ ਤੋਂ ਪਾਵਰ ਲੈ ਰਿਹਾ। ਸੋ ਤੁਹਾਨੂੰ ਨਹੀਂ ਲੱਗਦਾ ਵੀ ਲੋਕਾਂ ਦੀ ਰਾਏ ਲੈਣੀ ਜ਼ਰੂਰੀ ਸੀਗੀ ਸੰਵਿਧਾਨ ਬਣਾਉਣ ਦੇ ਵਿੱਚ? ਇੱਕ ਸੈਂਸ ਆਫ ਪਾਰਟੀਸਪੇਸ਼ਨ ਹੀ ਸੀਗੀ। ਸੋ ਲੋਕਾਂ ਨੂੰ 8 ਮਹੀਨਿਆਂ ਦਾ ਟਾਈਮ ਦਿੱਤਾ ਗਿਆ ਇਸ ਡਰਾਫਟ ਨੂੰ ਡਿਸਕਸ ਕਰਨ ਦੇ ਲਈ, ਤੇ ਅਮੈਂਡਮੈਂਟਸ ਪ੍ਰਪੋਜ਼ ਕਰਨ ਦੇ ਲਈ ਵੀ ਕੀ ਤੁਹਾਨੂੰ ਖੰਬੇ ਲੱਗਦੀਆਂ ਨੇ, ਤੇ ਉਹ ਅਮੈਂਡਮੈਂਟ ਤੁਸੀਂ ਸਾਨੂੰ ਪ੍ਰਪੋਜ਼ ਕਰੋ। ਸੋ ਕਾਫੀ ਕਮੈਂਟਸ ਆਏ ਇਸ ਡਰਾਫਟਿੰਗ ਕਮੇਟੀ ਨੂੰ, ਕ੍ਰਿਟੀਸਿਜ਼ਮ ਵੀ ਹੋਇਆ, ਸੁਜੈਸ਼ਨ ਆਏ, ਠੀਕ ਹੈ, ਵੀ ਕੀ ਇਹਦੇ ਵਿੱਚ ਸੁਧਾਰ ਹੋ ਸਕਦੇ ਨੇ। ਤੇ ਇੱਕ ਦੂਸਰਾ ਡਰਾਫਟ ਤਿਆਰ ਕੀਤਾ ਗਿਆ ਤੇ ਉਹ ਪਬਲਿਸ਼ ਕੀਤਾ ਗਿਆ ਸੀ ਅਕਤੂਬਰ 1948। ਤੇ ਫਿਰ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਫਾਈਨਲ ਤੀਸਰਾ ਡਰਾਫਟ, ਠੀਕ ਹੈ, ਜਿਹੜਾ ਪੜਿਆ ਸੀਗਾ ਉਹ ਪੜਿਆ ਸੀਗਾ ਨਵੰਬਰ 4, 1948 ਨੂੰ। ਇੱਥੋਂ ਆਪਣੇ ਸੰਵਿਧਾਨ ਦੀ ਪਹਿਲੀ ਰੀਡਿੰਗ ਸ਼ੁਰੂ ਹੋ ਗਈ ਸੀ, ਡਰਾਫਟ ਪੂਰਾ ਤਿਆਰ ਹੋ ਗਿਆ ਸੀਗਾ ਕੌਂਸਟੀਟਿਊਸ਼ਨ ਦਾ, ਕੌਂਸਟੀਟਿਊਸ਼ਨ ਬਣ ਕੇ ਤਿਆਰ ਹੋ ਚੁੱਕਿਆ ਸੀਗਾ, ਹੁਣ ਉਹਨੂੰ ਪੜ੍ਹਨਾ ਬਾਕੀ ਸੀਗਾ। ਸੋ 3 ਰੀਡਿੰਗਾਂ ਹੋਈਆਂ ਸੀਗੀਆਂ ਆਪਣੇ ਕੌਂਸਟੀਟਿਊਸ਼ਨ ਰੀਡਿੰਗ, ਤੇ ਦੂਸਰੀ ਰੀਡਿੰਗ ਆ ਗਈ ਜੀ, ਇਹਦੇ ਵਿੱਚ ਕਲੋਜ਼ ਬਾਏ ਕਲੋਜ਼ ਕੰਸੀਡਰੇਸ਼ਨ ਕਰਨੇ ਸੀ ਵੀ ਕੀ ਆਪਾਂ ਨੇ ਬਣਾਇਆ ਜੀ, ਫੰਡਾਮੈਂਟਲ ਰਾਈਟ ਦੇ ਵਿੱਚ ਕੀ ਚੀਜ਼ ਆ, ਫਲਾਣਾ ਢਿਮਕਾ, ਠੀਕ ਹੈ। ਉਹ ਰੀਡਿੰਗ ਸਭ ਤੋਂ ਲੰਬੀ ਰੀਡਿੰਗ ਸੀਗੀ, ਦੂਸਰੀ ਰੀਡਿੰਗ 15 ਨਵੰਬਰ 1948 ਤੋਂ ਲੈ ਕੇ 17 ਅਕਤੂਬਰ 1949 ਤੱਕ ਇਹ ਰੀਡਿੰਗ ਚੱਲੀ। ਤੇ ਫਿਰ ਤੀਸਰੀ ਤੇ ਫਾਈਨਲ ਰੀਡਿੰਗ ਇਹ ਚੱਲੀ ਜੀ 14 ਨਵੰਬਰ 1949 ਤੋਂ ਲੈ ਕੇ 26 ਨਵੰਬਰ 1949 ਤੱਕ। ਤੇ ਇਹ 26 ਨਵੰਬਰ 1949 ਉਹੀ ਤਰੀਕ ਹੈ ਜਦੋਂ ਕੌਂਸਟੀਟਿਊਂਟ ਅਸੈਂਬਲੀ ਦੁਆਰਾ ਆਪਣੇ ਸੰਵਿਧਾਨ, ਆਪਣੇ ਕੌਂਸਟੀਟਿਊਸ਼ਨ ਨੂੰ ਅਫੀਸ਼ੀਅਲੀ ਅਡੋਪਟ ਕਰ ਲਿਆ ਗਿਆ ਸੀਗਾ। ਜਿੰਨੇ ਵੀ ਇਸ ਕੌਂਸਟੀਟਿਊਂਟ ਅਸੈਂਬਲੀ ਦੇ ਮੈਂਬਰ ਸੀਗੇ ਇਹਨਾਂ ਦੇ ਸਿਗਨੇਚਰ ਲੈ ਗਏ, ਇੰਕਲੂਡਿੰਗ ਦਾ ਪ੍ਰੈਜੀਡੈਂਟ, ਸਾਰਿਆਂ ਦੇ ਸਿਗਨੇਚਰ ਨਹੀਂ ਸੀਗੇ, ਕੁਝ ਕੈਪਸ਼ਨ ਵੀ ਸੀਗੇ, ਠੀਕ ਹੈ, ਬਟ ਕੌਂਸਟੀਟਿਊਸ਼ਨ ਨੂੰ, ਸੰਵਿਧਾਨ ਨੂੰ 26 ਨਵੰਬਰ 1949 ਨੂੰ ਕੌਂਸਟੀਟਿਊਂਟ ਅਸੈਂਬਲੀ ਦੁਆਰਾ ਅਡੋਪਟ ਕਰ ਲਿਆ ਗਿਆ ਸੀਗਾ, ਠੀਕ ਹੈ। ਤੇ ਜਦੋਂ ਕੌਂਸਟੀਟਿਊਸ਼ਨ 26 ਨਵੰਬਰ 1949 ਨੂੰ ਜਦੋਂ ਆਪਣਾ ਕੌਂਸਟੀਟਿਊਸ਼ਨ ਸੰਵਿਧਾਨ ਅਡੋਪਟ ਕੀਤਾ ਗਿਆ ਤਾਂ ਉਦੋਂ ਉਹਦੇ ਵਿੱਚ ਕੀ ਹੁੰਦਾ ਸੀਗਾ, ਇੱਕ ਪ੍ਰੈਂਬਲ ਹੁੰਦਾ ਸੀ, 395 ਆਰਟੀਕਲ ਸੀਗੇ, ਅੱਜ ਦੇ ਸਮੇਂ ਦਾ ਬਹੁਤ ਜ਼ਿਆਦਾ ਆਰਟੀਕਲ ਹੋ ਗਏ, ਠੀਕ ਹੈ, ਕਾਫੀ ਅਮੈਂਡਮੈਂਟਸ ਵੀ ਹੋਈਆਂ, ਤੇ 8 ਸ਼ਡਿਊਲ ਸੀਗੇ, ਅੱਜ ਦੇ ਸਮੇਂ ਤਾਂ ਸ਼ਡਿਊਲ ਵੀ 12 ਹੋ ਗਏ, ਆਪਾਂ ਇਹਨਾਂ ਸਾਰਿਆਂ ਬਾਰੇ ਅੱਗੇ ਡਿਸਕਸ ਕਰਾਂਗੇ। ਤੇ ਇਹ ਕੌਂਸਟੀਟਿਊਸ਼ਨ ਅਡੋਪਟ ਤਾਂ ਹੋ ਗਿਆ ਚਲੋ 26 ਨਵੰਬਰ 1949 ਨੂੰ, ਤੇ ਇਹ ਇੰਪਲੀਮੈਂਟ ਕਦੋਂ ਹੋਇਆ, ਉਹ ਹੋਇਆ ਜੀ 26 ਜਨਵਰੀ 1950 ਨੂੰ। ਇਹ ਦੋਹੇ ਗੱਲਾਂ ਜੇ ਤੁਸੀਂ ਕਨਫਿਊਜ਼ ਨਾ ਹੋ, ਬਹੁਤ ਇੰਪੋਰਟੈਂਟ ਗੱਲ ਹੈ। ਤੇ 26 ਜਨਵਰੀ 1950 ਇਹ ਡੇਟ ਹੀ ਕਿਉਂ ਚੁਣੀ ਗਈ ਕੌਂਸਟੀਟਿਊਸ਼ਨ ਡੇ, ਇਹਨੂੰ ਆਪਾਂ ਕਿਉਂ ਮਨਾਉਣਾ? ਤਾਂ ਦੇਖੋ ਜੀ, ਕੌਂਸਟੀਟਿਊਸ਼ਨ ਡੇ ਤਾਂ 26 ਨਵੰਬਰ ਹੁੰਦਾ ਹੈਗਾ, 26 ਜਨਵਰੀ ਨੂੰ ਆਪਾਂ ਨੇ ਇਹ ਡੇਟ ਕਿਉਂ ਚੁਣੀ ਗਈ ਤੇ ਇਹਨੂੰ ਆਪਾਂ ਰਿਪਬਲਿਕ ਡੇ ਹੀ ਕਿਉਂ ਮਨਾਉਣਾ? ਕਿਉਂ? ਕਿਉਂਕਿ ਥੋੜ੍ਹਾ ਜਿਹਾ ਆਪਾਂ ਪਿੱਛੇ ਚੱਲਦੇ ਜੀ, ਕਾਂਗਰਸ ਦਾ ਸੈਸ਼ਨ ਹੋਇਆ ਸੀ 1929 ਦੇ ਵਿੱਚ ਲਾਹੌਰ ਵਿਖੇ, ਉਹਦੇ ਇੱਕ ਰੈਜੋਲੂਸ਼ਨ ਪਾਸ ਕਰਿਆ ਗਿਆ ਵੀ 26 ਜਨਵਰੀ 1930 ਨੂੰ ਆਪਾਂ ਪੂਰਨ ਸਵਰਾਜ ਡਿਕਲੇਅਰ ਕਰਨਾ ਜੀ, ਯਾਨੀ ਕਿ ਕੰਪਲੀਟ ਇੰਡੀਪੈਂਡੈਂਸ, ਇਹ ਉਦੋਂ ਇਹਨਾਂ ਦਾ ਓਬਜੈਕਟਿਵ ਸੀਗਾ। ਸੋ ਉਸ ਦਿਨ ਨੂੰ ਕਮੈਮੋਰੇਟ ਕਰਨ ਦੇ ਲਈ 26 ਜਨਵਰੀ 1950 ਨੂੰ ਆਪਾਂ ਨੇ ਆਪਣੇ ਕੌਂਸਟੀਟਿਊਸ਼ਨ ਨੂੰ ਇਨੈਕਟ ਕੀਤਾ ਜੀ, ਇਹਨੂੰ ਰਿਪਬਲਿਕ ਡੇ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ। ਤੇ ਇਸ ਦਿਨ ਹੈੱਡ ਆਫ ਦਾ ਜਿਹੜਾ ਸਟੇਟ ਸੀਗੇ ਆਪਣੇ ਪ੍ਰੈਜੀਡੈਂਟ ਸਾਹਿਬ ਡਾਕਟਰ ਰਜਿੰਦਰ ਪ੍ਰਸਾਦ, ਇਹਨਾਂ ਨੂੰ ਦੇਸ਼ ਦਾ ਪਹਿਲਾ ਪ੍ਰੈਜੀਡੈਂਟ ਇਲੈਕਟ ਕੀਤਾ ਗਿਆ। ਤੇ 25 ਜਨਵਰੀ 1950 ਨੂੰ ਠੀਕ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਸਥਾਪਨਾ ਹੋਈ, ਸੂ ਕੁਮਾਰ ਸੇਨ ਦੇਸ਼ ਦੇ ਪਹਿਲੇ ਇਲੈਕਸ਼ਨ ਕਮਿਸ਼ਨ ਬਣੇ। ਤੇ ਇਸ 25 ਜਨਵਰੀ ਨੂੰ ਨੈਸ਼ਨਲ ਵੋਟਰ ਡੇ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ। ਤੇ 28 ਜਨਵਰੀ 1950 ਨੂੰ ਜਿਹੜੀ 1935 ਵਾਲੇ ਐਕਟ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਨੂੰ ਫੈਡਰਲ ਕੋਰਟ ਦੇ ਵਿੱਚ ਬਦਲ ਦਿੱਤਾ ਗਿਆ ਸੀਗਾ, ਉਸ ਫੈਡਰਲ ਕੋਰਟ ਨੂੰ ਦੁਬਾਰਾ ਸੁਪਰੀਮ ਕੋਰਟ ਆਫ ਇੰਡੀਆ ਦੇ ਨਾਲ ਰਿਪਲੇਸ ਕੀਤਾ ਗਿਆ 28 ਜਨਵਰੀ 1950 ਨੂੰ। ਤੇ ਦੇਸ਼ ਦੇ ਪਹਿਲੇ ਚੀਫ ਜਸਟਿਸ ਕੌਣ ਸੀਗੇ? ਉਹ ਸੀਗੇ ਹਰੀ ਲਾਲ ਕਨਹੀਆ। ਸੋ ਇਹ ਸੀਗਾ ਸਾਰਾ ਇਤਿਹਾਸ ਆਪਣੇ ਦੇਸ਼ ਦਾ, ਆਪਣਾ ਸੰਵਿਧਾਨ ਕਦੋਂ ਬਣ ਗਿਆ, ਠੀਕ ਹੈ, ਆਪਾਂ ਸਾਰਾ ਕੁਝ ਪੜ੍ਹ ਲਿਆ। ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ, ਇਹ ਸਾਰੇ ਕੁਐਸਚਨ ਜਿਹੜੇ ਆਪਾਂ ਨੇ ਕੀ ਕਰਕੇ ਡਿਸਕਸ ਕਰਦੇ ਹਾਂ, ਹੁਣ ਤਾਂ ਤੁਹਾਨੂੰ ਬੜੇ ਸੌਖੇ ਲੱਗਣੇ ਨੇ। ਤਾਂ ਸਭ ਤੋਂ ਪਹਿਲਾ ਕੁਐਸਚਨ, ਕਿਹੜੀ ਬਾਡੀ ਨੇ ਕੌਂਸਟੀਟਿਊਸ਼ਨ ਫਰੇਮ ਕੀਤਾ ਸੀਗਾ? ਉਹ ਸੀਗੀ ਡਰਾਫਟਿੰਗ ਕਮੇਟੀ, ਇਹਦਾ ਆਨਸਰ ਹੋਊਗਾ ਆਪਸ਼ਨ ਡੀ। ਅਗਲਾ ਕੁਐਸਚਨ, ਕੌਂਸਟੀਟਿਊਂਟ ਅਸੈਂਬਲੀ ਕਦੋਂ ਬਣੀ ਸੀਗੀ? ਕਦੋਂ ਬਣੀ ਸੀ ਭਾਈ? 1946 ਚ, ਆਪਸ਼ਨ ਬੀ ਇਹਦਾ ਆਨਸਰ ਆਊਗਾ ਜੀ, 1946। ਫਿਰ ਆ ਗਿਆ ਜੀ, ਵਿੱਚ ਉਹਦਾ ਫੋਲੋਇੰਗ ਵਾਸ ਦਾ ਚੇਅਰਮੈਨ ਆਫ ਦਾ ਸਟੇਟਸ ਕਮੇਟੀ ਆਫ ਦਾ ਕੌਂਸਟੀਟਿਊਂਟ ਅਸੈਂਬਲੀ। ਆ ਦੇਖੋ ਪੁੱਛ ਰਿਹਾ ਨਾ ਤੁਹਾਡੇ ਤੋਂ ਵੀ ਕਮੇਟੀਆਂ ਦੇ ਹੈੱਡ ਕਿਹੜੇ ਸੀਗੇ। ਸੋ ਸਟੇਟ ਕਮੇਟੀ ਦੇ ਹੈੱਡ ਸੀਗੇ ਚਾਚਾ ਨਹਿਰੂ ਜੀ, ਸਰਦਾਰ ਪਟੇਲ ਕੌਣ ਸੀਗੇ, ਪ੍ਰੋਵਿੰਸ਼ੀਅਲ ਜਿਹੜੀ ਕੌਂਸਟੀਟਿਊਸ਼ਨ ਕਮੇਟੀ ਸੀ ਉਹਦੇ ਹੈੱਡ ਸੀਗੇ, ਤੇ ਐਡਵਾਈਜ਼ਰੀ ਕਮੇਟੀ ਦੇ ਇਹ ਹੈੱਡ ਸੀਗੇ ਡਾਕਟਰ ਰਜਿੰਦਰ ਪ੍ਰਸਾਦ, ਰੂਲਸ ਆਫ ਪ੍ਰੋਸੀਜਰ ਕਮੇਟੀ ਤੇ ਸਟੇਅਰਿੰਗ ਕਮੇਟੀ ਦੇ ਹੈੱਡ ਸੀਗੇ, ਤੇ ਆ ਬੀ ਐਨ ਰਾਓ ਇਹ ਕੌਣ ਸੀਗਾ, ਇਹ ਸੀਗਾ ਕੌਂਸਟੀਟਿਊਸ਼ਨ ਐਡਵਾਈਜ਼ਰ। ਅਗਲਾ ਕੁਐਸਚਨ, ਨੈਸ਼ਨਲ ਫਲੈਗ ਕਦੋਂ ਅਡੋਪਟ ਕੀਤਾ ਗਿਆ ਕੌਂਸਟੀਟਿਊਂਟ ਅਸੈਂਬਲੀ ਦੁਆਰਾ? ਉਹ ਕੀਤਾ ਗਿਆ ਸੀਗਾ 22 ਜੁਲਾਈ 1947 ਨੂੰ, ਐਗਜੈਕਟ ਤਰੀਕ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ। ਸੋ ਇਹਦਾ ਆਨਸਰ ਆਊਗਾ ਜੀ ਆਪਸ਼ਨ ਏ। ਅੱਗੇ ਆ ਗਿਆ, ਇਹਨਾਂ ਚੋਂ ਕਿਹੜਾ ਬੰਦਾ ਕੌਂਸਟੀਟਿਊਂਟ ਅਸੈਂਬਲੀ ਦਾ ਮੈਂਬਰ ਨਹੀਂ ਸੀਗਾ,
ਕੇਐਮ ਮੁਨਸ਼ੀ ਹੈਗਾ ਸੀਗਾ, ਜੇਪੀ ਕ੍ਰਿਪਲਾਨੀ ਹੈਗਾ ਸੀਗਾ, ਬਾਪੂ ਗਾਂਧੀ ਹੈਗਾ ਸੀਗਾ, ਬਿਲਕੁਲ ਵੀ ਨਹੀਂ। ਬਾਪੂ ਗਾਂਧੀ ਤੇ ਮੁਹੰਮਦ ਅਲੀ ਜਿੰਨਾ ਇਹ ਦੋਵੇਂ ਮੈਂਬਰ ਨਹੀਂ ਸੀਗੇ, ਇਹ ਗੱਲ ਯਾਦ ਰੱਖਿਓ। ਇਹਦਾ ਆਨਸਰ ਹੋਗਾ ਸੀ ਮਹਾਤਮਾ ਗਾਂਧੀ। ਫਿਰ ਹੈਗਾ ਜੀ ਦਾ ਆਈਡੀਆ ਆਫ ਕੋਨਸਟੀਟਿਊਸ਼ਨ ਆਫ ਇੰਡੀਆ ਵਾਜ ਫਸਟ ਆਫ ਆਲ ਗਿਵਨ ਬਾਈ, ਸਭ ਤੋਂ ਪਹਿਲੀ ਵਾਰ ਕਿਹਨੇ ਦਿੱਤਾ ਸੀਗਾ ਕੋਨਸਟੀਟਿਊਸ਼ਨ ਹੋਣਾ ਚਾਹੀਦਾ ਇਹਦਾ ਆਈਡੀਆ, ਉਹ ਬੰਦੇ ਦਾ ਨਾਮ ਸੀਗਾ ਐਮ ਐਨ ਰੋਏ, ਆਪਾਂ ਪਿੱਛੇ ਪੜਿਆ, ਸਟਾਰਟਿੰਗ ਦੇ ਵਿੱਚ ਹੀ ਪੜਿਆ ਆਪਾਂ ਨੇ। ਫਿਰ ਹੈਗਾ ਜੀ ਕੋਨਸਟੀਟਿਊਸ਼ਨ ਅਸੈਂਬਲੀ ਦੁਆਰਾ ਸੰਵਿਧਾਨ ਨੂੰ ਕਦੋਂ ਅਡੋਪਟ ਕੀਤਾ ਗਿਆ, ਅਡੋਪਟ ਕੀਤਾ ਗਿਆ 26 ਨਵੰਬਰ 1949 ਨੂੰ। ਜੇ ਉਹ ਅਡੋਪਟ ਜਾਏਗਾ ਇੰਪਲੀਮੈਂਟ ਆ ਗਏ ਤਾਂ ਉਹ ਆਊਗਾ ਜੀ 26 ਜਨਵਰੀ 1950 ਨੂੰ। ਅਗਲਾ ਹੈਗਾ ਲੋਕ ਸਭਾ ਦਾ ਪਹਿਲਾ ਸਪੀਕਰ ਕੌਣ ਸੀਗਾ ਭਾਈ ਜੀ ਵੀ ਮਾਲਵੰਕਰ ਸਾਹਿਬ, ਆਪਾਂ ਪੜਿਆ ਹੋਇਆ ਪਿੱਛੇ। ਤੇ ਪਹਿਲੇ ਹੈਲਥ ਮਿਨਿਸਟਰ ਆਫ ਇੰਡੀਆ ਕੌਣ ਸੀਗੇ, ਉਹ ਸੀਗੇ ਰਾਜਕੁਮਾਰੀ ਅੰਮ੍ਰਿਤ ਕੌਰ ਜੀ। ਇਹ ਵੀ ਆਪਾਂ ਸਾਰਾ ਡਿਸਕਸ ਕਰ ਲਿਆ। ਆਹ ਕੁਸਚਨ ਹੈ ਜੀ, ਦੇਖੋ ਕਿਹੜੀ ਸਟੇਟਮੈਂਟ ਠੀਕ ਹੈ ਕਿਹੜੀ ਗਲਤ ਹੈ। ਤਾਂ ਪਹਿਲੀ ਸਟੇਟਮੈਂਟ ਆ ਗਈ ਕੋਨਸਟੀਟਿਊਂਟ ਅਸੈਂਬਲੀ ਦੁਆਰਾ ਨੈਸ਼ਨਲ ਫਲੈਗ ਨੂੰ ਅਡੋਪਟ ਕੀਤਾ ਗਿਆ 22 ਜੁਲਾਈ 1947 ਨੂੰ, ਤਰੀਕ ਆਪਾਂ ਨੂੰ ਯਾਦ ਹੈ, ਬਿਲਕੁਲ ਠੀਕ ਹੈ। ਨੈਸ਼ਨਲ ਐਂਬਲਮ ਨੂੰ ਕਦੋਂ ਅਡੋਪਟ ਕੀਤਾ ਗਿਆ, 24 ਜਨਵਰੀ 1950 ਨੂੰ। ਕੀ ਇਹ ਠੀਕ ਹੈ ਜਾਂ ਗਲਤ ਹੈ? ਬਿਲਕੁਲ ਗਲਤ ਹੈ। ਐਂਬਲਮ ਨੂੰ 26 ਜਨਵਰੀ ਨੂੰ ਅਡੋਪਟ ਕੀਤਾ ਗਿਆ ਸੀ, ਤੇ ਨੈਸ਼ਨਲ ਸੌਂਗ ਬੰਦੇ ਮਾਤਰ ਨੂੰ ਕਦੋਂ ਅਡੋਪਟ ਕੀਤਾ ਗਿਆ ਸੀ, ਉਹ ਕਰੇਗਾ ਸੀਗਾ 24 ਜਨਵਰੀ 1950 ਨੂੰ। ਇਹ ਦੋਵੇਂ ਸਟੇਟਮੈਂਟ ਓਪੋਜ਼ਿਟ ਨੇ, ਇਹਦਾ ਆਨਸਰ ਹੋਗਾ ਜੀ ਏ, ਓਨਲੀ ਵਨ ਇਜ਼ ਕਰੈਕਟ। ਅਗਲਾ ਕੁਸਚਨ, ਨੈਸ਼ਨਲਿਸਟ ਡਿਮਾਂਡ ਫੋਰ ਏ ਕੋਨਸਟੀਟਿਊਂਟ ਅਸੈਂਬਲੀ ਵਾਜ ਫੋਰ ਦਾ ਫਸਟ ਟਾਈਮ ਕੰਸੀਡਿਡ ਬਾਈ ਬ੍ਰਿਟਿਸ਼ ਗੌਰਮੈਂਟ ਇਨ ਦਾ, ਸਭ ਤੋਂ ਪਹਿਲੀ ਵਾਰ ਕੋਨਸਟੀਟਿਊਂਟ ਅਸੈਂਬਲੀ ਹੋਣੀ ਚਾਹੀਦੀ ਹੈ। ਇਹ ਡਿਮਾਂਡ ਬ੍ਰਿਟਿਸ਼ ਅੰਗਰੇਜ਼ਾਂ ਦੁਆਰਾ ਕਦੋਂ ਅਕਸੈਪਟ ਕੀਤੀ ਗਈ, ਕਦੋਂ ਅਕਸੈਪਟ ਕੀਤੀ ਗਈ ਸੀ ਭਾਈ? ਅਗਸਤ ਆਫਰ ਆਇਆ ਸੀ ਜਦੋਂ 1940 ਦਾ, ਉਦੋਂ ਅਕਸੈਪਟ ਕੀਤੀ ਗਈ ਸੀ। ਇਹਦਾ ਆਨਸਰ ਹੋਗਾ ਜੀ ਆਪਸ਼ਨ ਬੀ। ਤੇ ਅਗਲਾ ਕੁਸਚਨ ਆ ਗਿਆ ਜੀ, ਓਬਜੈਕਟਿਵ ਰੈਜੋਲੂਸ਼ਨ ਜਿਹਦੇ ਬਾਰੇ ਆਪਾਂ ਪੜਿਆ, ਜਿਹੜਾ ਅੱਗੇ ਜਾ ਕੇ ਪ੍ਰੀਐਂਬਲ ਬਣਿਆ, ਉਹ 13 ਦਸੰਬਰ 1948 ਨੂੰ ਕਿਹੜੇ ਬੰਦੇ ਨੇ ਪੁੱਟ ਅਪ ਕੀਤਾ ਸੀਗਾ, ਕਿਹੜੇ ਬੰਦੇ ਨੇ ਮਤਲਬ ਮੂਵ ਕੀਤਾ ਸੀਗਾ ਕੋਨਸਟੀਟਿਊਂਟ ਅਸੈਂਬਲੀ ਦੇ ਵਿੱਚ? ਉਹ ਬੰਦੇ ਦਾ ਨਾਮ ਸੀਗਾ ਚਾਚਾ ਨਹਿਰੂ, ਜਵਾਹਰ ਲਾਲ ਨਹਿਰੂ ਜੀ ਨੇ ਓਬਜੈਕਟਿਵ ਰੈਜੋਲੂਸ਼ਨ ਮੂਵ ਕਰਿਆ ਸੀਗਾ ਕੋਨਸਟੀਟਿਊਂਟ ਅਸੈਂਬਲੀ ਦੇ ਵਿੱਚ। ਤੇ ਆਹ ਲਾਸਟ ਕੁਸਚਨ ਹੈ ਜੀ, ਥੋੜਾ ਜਿਹਾ ਵਧੀਆ ਕੁਸਚਨ ਹੈ, ਇਹਨੂੰ ਧਿਆਨ ਨਾਲ ਪੜ੍ਹਦੇ ਹਾਂ। ਕਹਿੰਦੇ ਇਹਨਾਂ ਚੋਂ ਕਿਹੜੀ ਲਿਖੀ ਸਟੇਟਮੈਂਟ ਠੀਕ ਹੈਗੀ? ਪਹਿਲੀ ਸਟੇਟਮੈਂਟ ਆ ਗਈ ਕੋਨਸਟੀਟਿਊਂਟ ਅਸੈਂਬਲੀ ਨੇ ਜਿਹੜਾ ਕੋਨਸਟੀਟਿਊਸ਼ਨ ਬਣਾਇਆ ਸੀਗਾ ਉਹਦੇ ਰਿਗਾਰਡਿੰਗ ਇਹ ਸਟੇਟਮੈਂਟਾਂ ਨੇ। ਤਾਂ ਕਹਿੰਦੇ ਦ ਮੈਂਬਰਸ ਆਫ ਦ ਕੋਨਸਟੀਟਿਊਂਟ ਅਸੈਂਬਲੀ ਵਰ ਚੂਜ਼ਨ ਔਨ ਦ ਬੇਸਿਸ ਆਫ ਦ ਪ੍ਰੋਵਿੰਸ਼ੀਅਲ ਇਲੈਕਸ਼ਨ ਆਫ 1946। ਬਿਲਕੁਲ ਠੀਕ ਹੈ, ਇਲੈਕਸ਼ਨ ਹੋਈਆਂ ਸੀ, ਆਪਾਂ ਮੈਂ ਤੁਹਾਨੂੰ ਪੜ੍ਹਾਇਆ 1946 ਜੁਲਾਈ ਅਗਸਤ 1946 ਚ ਜਿਹੜੇ ਵੋਟਾਂ ਹੋਈਆਂ ਸੀਗੀਆਂ, ਉਸ ਵੋਟਾਂ ਦੇ ਵਿੱਚ ਮੈਂਬਰ ਚੁਣ ਕੇ ਆਏ, ਕਾਂਗਰਸ ਦੀ ਜਿੱਤ ਹੋਈ ਸੀ 73 ਸੀਟਾਂ, ਮੁਸਲਿਮ ਲੀਗ ਨੇ ਜਿੱਤੀਆਂ ਸੀ 10-15 ਸੀਟਾਂ, ਅਦਰ ਨੇ ਜਿੱਤੀਆਂ ਸੀਗੀਆਂ। ਸੋ ਇਲੈਕਸ਼ਨ ਹੋ ਕੇ ਆਏ ਸੀਗੇ, ਇਹ ਗੱਲ ਹੋ ਗਈ ਬਿਲਕੁਲ ਠੀਕ। ਦੂਸਰੀ ਸਟੇਟਮੈਂਟ ਆ ਗਈ, ਕਹਿੰਦੇ ਦਾ ਅਸੈਂਬਲੀ ਡਿਡ ਨਾਟ ਇੰਕਲੂਡ ਰੀਪ੍ਰੈਜੈਂਟੇਟਿਵਸ ਆਫ ਦ ਪੈਨਿਸਲੀ ਸਟੇਟ। ਕਿਉਂ ਭਾਈ, ਪੈਨਿਸਲੀ ਸਟੇਟਾਂ ਦੇ ਤਾਂ ਰੀਪ੍ਰੈਜੈਂਟੇਟਿਵ ਹੁੰਦੇ ਸੀਗੇ, ਆ 93 ਮੈਂਬਰ ਜਿਹੜੇ ਆਪਾਂ ਪੜ੍ਹੇ ਸੀਗੇ ਉਦੋਂ ਕੌਣ ਸੀਗੇ ਉਹ? ਪੈਨਿਸਲੀ ਸਟੇਟਾਂ ਦੇ ਜਿਹੜੇ ਹੈੱਡ ਸੀਗੇ ਇਹ ਆਪਦੇ ਨੁਮਾਇੰਦੇ ਨੋਮੀਨੇਟ ਕਰਕੇ ਭੇਜਦੇ ਸੀਗੇ। ਇਹ ਸਟੇਟਮੈਂਟ ਹੋ ਗਈ ਇਹਦੀ ਗਲਤ। ਸੋ ਆਪਸ਼ਨ ਬੀ ਤਾਂ ਐਲੀਮੀਨੇਟ ਕਰ ਦਿਓ, ਜਿਹਦੇ ਵਿੱਚ 2 ਆ ਉਹ ਐਲੀਮੀਨੇਟ ਕਰ ਦਿਓ, ਰਹਿ ਗਈ ਆਪਸ਼ਨ ਏ, ਸੀ ਤੇ ਡੀ। ਤੀਸਰੀ ਸਟੇਟਮੈਂਟ ਪੜ੍ਹ ਲੈਣੇ, ਕਹਿੰਦੇ ਦਾ ਡਿਸਕਸ਼ਨ ਵਿਦ ਇਨ ਦ ਕੋਨਸਟੀਟਿਊਂਟ ਅਸੈਂਬਲੀ ਵਰ ਨਾਟ ਇਨਫਲੂਐਂਸਡ ਬਾਈ ਓਪੀਨੀਅਨ ਐਕਸਪ੍ਰੈਸ ਦਾ ਪਬਲਿਕ। ਅੱਛਾ, ਕਹਿੰਦੇ ਕੋਨਸਟੀਟਿਊਂਟ ਸੰਵਿਧਾਨ ਬਣਾਉਣਾ ਸੀਗਾ, ਉਹਦੇ ਬਾਰੇ ਜੇ ਕੋਈ ਵੀ ਪਬਲਿਕ ਦਾ ਓਪੀਨੀਅਨ ਕੋਈ ਦਿੰਦੀ ਸੀ ਵੀ ਇਹਦੇ ਵਿੱਚ ਆਹ ਚੇਂਜ ਕਰ ਦਿਓ, ਉਹਨੂੰ ਸੀਰੀਅਸ ਨਹੀਂ ਲਿਆ ਜਾਂਦਾ ਸੀਗਾ, ਉਹਦੇ ਨਾਲ ਕੋਨਸਟੀਟਿਊਂਟ ਅਸੈਂਬਲੀ ਇਨਫਲੂਐਂਸ ਨਹੀਂ ਹੁੰਦੀ ਸੀ। ਕੀ ਹੁੰਦੀ ਸੀ ਕਿ ਜਾਣੀ ਇਹ ਸਟੇਟਮੈਂਟ ਭਾਈ ਗਲਤ ਹੈਗੀ? ਉਹ ਭਾਈ ਜਿਹੜਾ ਪਹਿਲਾ ਡਰਾਫਟ ਆਪਾਂ ਨੇ ਪੜਿਆ ਤਿਆਰ ਕੀਤਾ ਗਿਆ ਸੀ 1948 ਦੇ ਵਿੱਚ, 8 ਮਹੀਨੇ ਦਾ ਸਮਾਂ ਲੋਕਾਂ ਨੂੰ ਦਿੱਤਾ ਗਿਆ ਸੀਗਾ, ਲੋਕਾਂ ਨੇ ਅਮੈਂਡਮੈਂਟਸ ਪੇਸ਼ ਕਰੀਆਂ ਸੀਗੀਆਂ, ਫਿਰ ਦੁਬਾਰਾ ਦੂਸਰਾ ਡਰਾਫਟ ਤਿਆਰ ਕੀਤਾ ਗਿਆ ਸੀ। ਇਹਦਾ ਮਤਲਬ ਜਿਹੜੀ ਇਹ ਅਸੈਂਬਲੀ ਸੀਗੀ ਇਨਫਲੂਐਂਸ ਤਾਂ ਹੋਈ ਸੀਗੀ ਲੋਕਾਂ ਦੇ ਓਪੀਨੀਅਨ ਦੇ ਨਾਲ। ਸੋ ਇਹਦੀ ਤੀਸਰੀ ਸਟੇਟਮੈਂਟ ਵੀ ਹੋ ਗਈ ਗਲਤ, ਜਿਹਦੇ ਵਿੱਚ 3 ਹੋ ਵੀ ਤੁਸੀਂ ਇਲੀਮਿਨੇਟ ਕਰ ਦਿਓ, ਆਪਸ਼ਨ ਸੀ ਵੀ ਲੋ ਜੀ ਇਲੀਮਿਨੇਟ ਹੋ ਗਈ, ਰਹਿ ਗਈ ਆਪਸ਼ਨ ਏ ਤੇ ਡੀ। ਚੌਥੀ ਸਟੇਟਮੈਂਟ ਦੇ ਰਿਹਾ, ਕਹਿੰਦੇ ਇਨ ਆਰਡਰ ਟੂ ਕ੍ਰੀਏਟ ਅ ਸੈਂਸ ਆਫ ਕਲੈਕਟਿਵ ਪਾਰਟੀਸਪੇਸ਼ਨ ਸਬਮਿਸ਼ਨ ਵਰ ਸੋਲੀਸਿਟਿਡ ਫਰੋਮ ਦਾ ਪਬਲਿਕ। ਠੀਕ ਹੈ, ਮਤਲਬ ਲੋਕ ਇੱਕ ਸੈਂਸ ਆਫ ਪਾਰਟੀਸਪੇਸ਼ਨ ਸ਼ੋ ਕਰਨੀ ਸੀਗੀ, ਜਿਹਦੇ ਕਰਕੇ ਲੋਕਾਂ ਦੀ ਵੀ ਰਾਏ ਲੇਗੀ ਵੀ ਸੰਵਿਧਾਨ ਦੇ ਵਿੱਚ ਕਿਹੜੀ ਚੀਜ਼ ਕੀ ਹੋਣਾ, ਮਤਲਬ ਸੋਧ ਅਮੈਂਡਮੈਂਟਸ ਕ੍ਰਿਟੀਸਿਜ਼ਮ ਸਾਰਾ ਕੁਝ ਆਪਾਂ ਨੇ ਪੜ੍ਹਿਆ ਸੀਗਾ। ਸੋ ਇਹ ਸਟੇਟਮੈਂਟ ਇਹਨਾਂ ਦੀ ਹੈਗੀ ਜੀ ਠੀਕ, ਇਹਦਾ ਆਨਸਰ ਹੋ ਗਿਆ ਜੀ ਆਪਸ਼ਨ ਡੀ 1 ਐਂਡ 4। ਠੀਕ ਹੈ, ਸੋ ਇਹ ਸੀਗਾ ਸਾਰਾ ਮੇਕਿੰਗ ਆਫ ਕੋਨਸਟੀਟਿਊਸ਼ਨ ਬਾਰੇ। ਅਗਲੇ ਲੈਕਚਰ ਦੇ ਵਿੱਚ ਆਪਾਂ ਮਿਲਾਂਗੇ ਜੀ, ਉਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਵੀ ਸੇਲੀਅੰਟ ਫੀਚਰਸ ਕੀ ਨੇ ਆਪਣੇ ਦੇਸ਼ ਦੇ ਕੋਨਸਟੀਟਿਊਸ਼ਨ ਦੇ, ਕਿਹੜੇ ਕਿਹੜੇ ਦੇਸ਼ ਤੋਂ ਆਪਾਂ ਨੇ ਕੀ ਕੀ ਬੋਰੋ ਕੀਤਾ ਉਹ ਡਿਸਕਸ ਕਰਾਂਗੇ ਜੀ। ਸੋ ਇੱਦਾਂ ਹੀ ਪੜ੍ਹਦੇ ਰਹੋ, ਵਧੀਆ ਲੱਗੀ ਤਾਂ ਇਹਨਾਂ ਨੂੰ ਮੇਰਾ ਫੀਡਬੈਕ ਦਿਆ ਕਰੋ। ਠੀਕ ਹੈ, ਸਾਨੂੰ ਹੌਸਲਾ ਮਿਲਦਾ। ਸੋ ਮਿਲਦੇ ਹਾਂ ਜਸਟ ਅਗਲੇ ਲੈਕਚਰ ਦੇ ਵਿੱਚ। ਧੰਨਵਾਦ।